ਸੋ ਹੰਦੋਤੋ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸੇ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੀ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦੇ ਇੱਕ ਵਾਰ ਤੋਂ ਫਿਰ ਇਹ ਚੈਨਲ ਦੇ ਉੱਤੇ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਕਿ ਜਿਹੜੇ ਵਿਦਿਆਰਥੀ ਇਹ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਹੀ ਬੈਲ ਆਈਕਨ ਤੇ ਕਲਿੱਕ ਕਰ ਲੈਣ ਤਾਂ ਜੋ ਤੁਹਾਨੂੰ ਆਉਣ ਬਈ ਲੇਟੈਸਟ ਵੀਡੀਓ ਜਿਹੜੀ ਉਹ ਸਭ ਤੋਂ ਪਹਿਲਾਂ ਮਿਲ ਰਹੀ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੇ ਜਿਹੜੇ ਹੈ 25 ਐਮਸੀਕੂ ਡਿਸਕਸ ਕਰਾਂਗੇ ਜੋ ਕਿ ਪਾਰਟ ਨੰਬਰ 5 ਹੈ ਇਸ ਤੋਂ ਕੰਪਲੀਟ ਕਰ ਚੁੱਕੇ ਹਾਂ ਤੁਸੀਂ ਪਲੇਲਿਸਟ ਦੇ ਵਿੱਚੋਂ ਜਾ ਕੇ ਦੇਖ ਸਕਦੇ ਹੋ ਕਿਉਂ ਸੋ ਇਹ ਪਾਰਟਸ ਤੁਹਾਨੂੰ ਮਾਸਟਰ ਕਿਡ ਐਨਟੀਟੀ ਪੀਐਸਟ ਪਟਵਾਰੀ ਅਤੇ ਪੰਜਾਬ ਪੁਲਿਸ ਦੇ ਐਗਜ਼ਾਮ ਦੇ ਲਈ ਹੈਲਪਫਲ ਰਹਿਣਗੇ ਇਸ ਤੋਂ ਇਲਾਵਾ ਹੋਰ ਵੀ ਕੰਪੀਟੀਸ਼ਨ ਐਗਜ਼ਾਮ ਜੋ ਪੰਜਾਬ ਦੇ ਵਿੱਚ ਹੁੰਦੇ ਆ ਸੋ ਉਹਨਾਂ ਦੇ ਵੀ ਜਿਹੜਾ ਸਿਲੇਬਸ ਕਵਰ ਕਰਦੇ ਹੈਗੇ ਆਗੇ ਸੋ ਇਹ ਇਸ ਪੰਜਾਬ ਸੀਰੀਜ਼ ਦੇ ਵਿੱਚ ਆਪਾਂ तकरीबन तकरीबन 5000 ਦੇ ਪਲੱਸ ਕਰੀਬ ਕੁਐਸਚਨ ਜਿਹੜੇ ਆ ਉਹ ਕ੍ਰੀਏਟ ਕਰਾਂਗੇ ਸੋ ਇਹ ਸੀਰੀਜ਼ ਇਸ ਤਰੀਕੇ ਨਾਲ ਚੱਲਦੀ ਰਹੂਗੀ ਜਿਸ ਦੇ ਵਿੱਚ ਬਹੁਤ ਸਾਰੇ ਜਿਹੜੇ ਆ ਪੰਜਾਬ ਜੀਕੇ ਦੇ ਕੁਐਸਚਨ ਰਹਿਣਗੇ तकरीबन तकरीबन ਆਪਾਂ 5000 ਪਲੱਸ ਕੁਐਸਚਨ ਜਿਹੜੇ ਆ ਉਹ ਇਸ ਦੇ ਵਿੱਚ ਕਵਰ ਕਰਾਂਗੇ ਓਕੇ ਸੋ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਸੋ ਪਲੇ ਸਟੋਰ ਤੋਂ ਤੁਸੀਂ ਰਮਨ ਇੰਸਟੀਚੂਟ ਨਾਮ ਦੀ ਐਪ ਹੈ ਜੋ ਡਾਊਨਲੋਡ ਕਰ ਸਕਦੇ ਹੋ ਜਿੱਥੇ ਤੁਹਾਨੂੰ ਇਹਨਾਂ ਕਲਾਸਾਂ ਦੀ ਥਿਉਰੀ ਕਲਾਸ ਪਲੱਸ ਪੀਡੀਐਫ ਜਿਹੜੀ ਹੈ ਉਹ ਪ੍ਰੋਵਾਈਡ ਕੀਤੀ ਜਾਂਦੀ ਹੈ। ਆ ਸ਼ੁਰੂ ਕਰਦੇ ਹਾਂ ਅੱਜ ਦਾ ਸੈਸ਼ਨ ਬਿਨਾਂ ਟਾਈਮ ਵੇਸਟ ਕੀਤੇ। ਸੋ ਅੱਜ ਦਾ ਫਰਸਟ ਕੁਐਸਚਨ ਹੈ ਜੀ ਹੇਠ ਲਿਖਿਆਂ ਦੇ ਵਿੱਚ ਪੰਜਾਬ ਦੇ ਲੋਕ ਸਾਜ਼ਾਂ ਦੇ ਵਿੱਚੋਂ ਕਿਹੜਾ ਸਾਜ਼ ਫੂਕ, ਪਭ ਮੋਦੇ ਨਾਲ ਵੱਜਣ ਵਾਲਾ ਸਾਜ਼ ਨਹੀਂ ਹੈ? ਬਾਂਸਰੀ, ਬੀਨ, ਢੋਲਕੀ ਜਾਂ ਅਲਗੋਜ਼ੀ। ਸੋ ਇਹਨਾਂ ਦੇ ਵਿੱਚੋਂ ਆਪਾਂ ਦੱਸਣਾ ਹੈ ਕਿ ਜਿਹੜਾ ਫੂਕ ਦੇ ਨਾਲ ਨਹੀਂ বাজਾਇਆ ਜਾਂਦਾ ਸੋ ਬਾਂਸਰੀ ਜਿਹੜੀ ਹੈ ਫੂਕ ਦੇ ਨਾਲ বাজਾਈ ਜਾਂਦੀ ਹੈ ਬੀਨ ਜਿਹੜੀ ਹੈ ਉਹ ਫੂਕ ਦੇ ਨਾਲ ਵਜਾਈ ਜਾਂਦੀ ਹੈ ਅਲਗੋਜ਼ੇ বাজائے ਜਾਂਦੇ ਆ ਪਰ ਢੋਲਕੀ ਜਿਹੜੀ ਹੈ ਉਹ ਇਹਨਾਂ ਦੇ ਵਿੱਚੋਂ ਫੂਕ ਨਾਲ ਨਹੀਂ বাজਾਈ ਜਾਂਦੀ ਜੀ ਸੋ ਇਹ বাজਾਈ ਜਾਂਦੀ ਹੈ ਗਿਆ ਹੱਥ ਦੇ ਨਾਲ ਸੋ ਇਸ ਕਰਕੇ ਸੀ ਆਨਸਰ ਕਰੈਕਟ ਰਹਿਣਾ ਸੀਗਾ ਓਕੇ ਸਾਜ਼ਾਂ ਦੀ ਗੱਲ ਕਰਕੇ ਪੰਜਾਬ ਦੇ ਵਿੱਚ ਤਾਂ ਚਾਰ ਤਰ੍ਹਾਂ ਦੇ ਸਾਨੂੰ ਜਿਹੜੇ ਪੰਜਾਬ ਦੇ ਵਿੱਚ ਸਾਜ਼ ਜਿਹੜੇ ਦੇਖਣ ਨੂੰ ਮਿਲਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਹੁੰਦੇ ਹੈਗੇ ਅਗੇ ਅਬਨਤ ਸਾਜ ਜਿਨ੍ਹਾਂ ਨੂੰ ਅਬਨਤ ਸਾਜ ਕਿਹਾ ਜਾਂਦਾ ਹੈ ਸੋ ਪਹਿਲੇ ਇਹ ਹੁੰਦੇ ਹੈਗੇ ਜੀ ਜਿਸ ਦੇ ਵਿੱਚ ਜਿਹੜੇ ਕਿ ਹੱਥ ਨਾਲ ਖਾਸ ਤੌਰ ਦੇ ਉੱਪਰ ਵਜਾਏ ਜਾਂਦੇ ਹੈਗੇ ਅਗੇ ਜਿਵੇਂ ਕਿ ਢੋਲ ਹੋ ਜਾਂਦਾ ਹੈ ਢੱਡ ਹੋ ਜਾਂਦਾ ਹੈ ਨਗਾਰਾ ਹੋ ਜਾਂਦਾ ਹੈ ਖੰਜਰ ਹੋ ਜਾਂਦਾ ਹੈ ਸਾਜ ਆ ਸਾਰੇ ਦੇ ਸਾਰੇ ਜਿੰਨੇ ਵੀ ਹੈ ਓਕੇ ਤਬਲਾ ਹੋ ਜਾਂਦਾ ਹੈ ਤਾਸ਼ਾ ਹੋ ਜਾਂਦਾ ਹੈ ਤਾਸ਼ਾ ਓਕੇ ਇਸ ਤੋਂ ਇਲਾਵਾ ਪਖਵਾਜ ਪਖਵਾਜ ਮਿਰਦੰਗ ਢੋਕ ਅਤੇ ਡੁਗਡੁਗੀ ਅਤੇ ਡੁਗਡੁਗੀ ਇਹ ਸਾਰੇ ਹੈਗੇ ਆ ਜੀ ਆਪਨਤ ਸਾਜ਼ ਜਿਹੜੇ ਕਿ ਹੱਥ ਦੇ ਨਾਲ বাজਾਏ ਜਾਣ ਵਾਲੇ ਸਾਜ਼ ਨੇਗੇ ਓਕੇ ਦੂਸਰੀ ਕਿਸਮ ਹੁੰਦੀ ਹੈ ਜੀ ਸਾਜ਼ਾਂ ਦੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਤੰਤ ਸਾਜ਼ ਜਦ ਤੰਤੀ ਸਾਜ਼ ਵੀ ਕਹਿ ਦਿੰਦੇ ਹੈ ਕਈ ਵਾਰ ਇਹਨਾਂ ਦਾ ਭਾਵ ਹੈ ਜਿਹੜੇ ਕਿ ਇੱਕ ਤਾਰ ਜਾਂ ਤਾਰ ਦੇ ਨਾਲ ਕੰਟੈਕਟ ਨੇ ਭਾਵੇਂ ਇਹਨਾਂ ਦੇ ਵਿੱਚੋਂ ਜਿਹੜੇ ਹੈ ਸੁਰ ਜਾਂ ਆਵਾਜ਼ ਨਿਕਲਦੀ ਹੈ ਉਹ ਤਾਰ ਦੇ ਹਿਲਾਉਣ ਦੇ ਨਾਲ ਨਿਕਲਦੀ ਹੈ ਉਸ ਇਹਦੇ ਵਿੱਚ ਜਿਵੇਂ ਤੁੰਬੀ ਸ਼ਾਮਿਲ ਹੈ ਸਾਰੰਗੀ ਸ਼ਾਮਿਲ ਹੈ ਕਮੋਚੋ ਸ਼ਾਮਲ ਹੈ ਸਰੋਦ ਸ਼ਾਮਲ ਹੈ ਰਬਾਬ ਸ਼ਾਮਲ ਹੈ ਜੋ ਕਿ ਹੱਥ ਦੇ ਨਾਲੀ ਸੌਰੀ ਤਾਰ ਦੇ ਨਾਲ ਬਣੀ ਹੁੰਦੀ ਹੈ ਇਸ ਤੋਂ ਇਲਾਵਾ ਸਿਤਾਰ ਸਿਤਾਰ ਗਿਟਾਰ ਸੌਰੀ ਓਕੇ ਸੁਰਮੰਡਲ ਸੁਰਮੰਡਲ ਵਾਇਲਨ ਦਿਲਰੁਬਾ ਅਤੇ ਤਾਉਸ ਅਤੇ ਤਾਉਸ ਇਹ ਸਾਰੇ ਸਾਜ਼ ਹੈਗੇ ਆ ਜਿਹੜੇ ਕਿ ਤੰਤੀ ਸਾਜ਼ ਕਹਾਉਂਦੇ ਆ ਭਾਵ ਤਾਰ ਦੇ ਬਣੇ ਹੁੰਦੇ ਆ ਇਹਦੇ ਵਿੱਚ ਜ਼ਿਆਦਾਤਰ ਤਾਰ ਨੂੰ ਜਿਹੜਾ ਹੈ ਕ੍ਰੀਏਟੀਵਿਟੀ ਰੱਖਿਆ ਜਾਂਦਾ ਹੈ ਅਗਲੀ ਹੈ ਜੀ ਤੀਸਰੀ ਕਿਸਮ ਜਿਸ ਨੂੰ ਕਹਿੰਦੇ ਆ ਸੁਸ਼ੇਰ ਸੁਸ਼ੇਰ ਸਾਜ਼ ਓਕੇ ਸੁਰ ਸਾਜ਼ ਦਾ ਭਾਵ ਹੈ ਜਿਹੜੇ ਹਵਾ ਦੇ ਨਾਲ ਧੁਨੀ ਕ੍ਰੀਏਟ ਕਰਦੇ ਆ ਹਵਾ ਦੇ ਨਾਲ ਚੱਲਦੇ ਹੈਗੇ ਇਹਨਾਂ ਦੇ ਵਿੱਚ ਆ ਜਾਂਦੀ ਹੈ ਸਭ ਤੋਂ ਪਹਿਲਾਂ ਬਾਂਸਰੀ ਜੋ ਕੈਪਸ਼ਨਾਂ ਦੇ ਵਿੱਚ ਵੀਸ ਆਪਣੇ ਕੋਲੇ ਬਾਂਸਰੀ ਹੋ ਜਾਂਦੀ ਹੈ ਸ਼ਹਿਨਾਈ ਹੋ ਜਾਂਦੀ ਹੈ ਸ਼ਹਿਨਾਈ ਬੀਨ ਨਾਗਸਵਰਮ ਨਾਗਸਵਰਮ ਨਗੋਜ਼ੇ ਨਗੋਜ਼ੇ ਅਲਗੋਜ਼ੇ ਅਲਗੋਜ਼ੇ ਥੋੜਾ ਜਨਾ ਕਈ ਵਾਰ ਤੁਹਾਡੇ ਕੋਲੇ ਹੋ ਸਕਦਾ ਕਿ ਕਿਸੇ ਕਾਰਨ ਕਰਕੇ ਕਈ ਵਾਰ ਪ੍ਰੋਸੈਸਰ ਦੇ ਪ੍ਰੋਬਲਮ ਕਰਕੇ ਤੁਹਾਡੇ ਕੋਲੇ ਵੀਡੀਓ ਛੇੜ ਥੋੜੇ ਥੋੜੇ ਰੁਕਦੀ ਹੋਵੇਗੀ ਅਸਲ ਦੇ ਵਿੱਚ ਰੁਕਦੀ ਨਹੀਂ ਸੋ ਇਹ ਜਿਹੜਾ ਮਾਰਕਰ ਚੱਲਦਾ ਸੋ ਦੇ ਕਾਰਨ ਕਰਕੇ ਕਈ ਵਾਰ ਇਦਾਂ ਫੀਲ ਹੁੰਦਾ ਕਿ ਵੀਡੀਓ ਰੁਕ ਰਹੀ ਹੈਗੀ ਠੀਕ ਹੈ ਸੋ ਇਹ ਥੋੜੀ ਜੀ ਲੈਪਟਾਪ ਚ ਪ੍ਰੋਬਲਮ ਹੋਸ ਕਰਕੇ ਚੱਲਦਾ ਹੈ ਓਕੇ ਇਸ ਤੋਂ ਇਲਾਵਾ ਕਲਾਰਨੈਟ ਕਲਾਰਨੈਟ ਹਾਰਮੋਨੀਅਮ ਹਾਰਮੋਨੀਅਮ ਅਤੇ ਸੱਪ ओके ਸੋ ਇਹ ਸਾਰੇ ਜਿਹੜੇ ਆ ਜਾਂਦੇ ਹੈਗੇ ਆ ਜੀ ਹਵਾ ਦੇ ਨਾਲ বাজਾਈ ਜਾਣ ਵਾਲੇ ਸਾਜ਼ ਨੇ ਜਿਨ੍ਹਾਂ ਦੇ ਵਿੱਚ ਮੈਂ ਸਾਰੇ ਐਡ ਕਰ ਦਿੱਤੇ ਹੈਗੇ ਆ ਓਕੇ ਇਸ ਤੋਂ ਇਲਾਵਾ ਇੱਕ ਚੌਥਾ ਪਾਰਟ ਵੀ ਐਡ ਕਰ ਲਿਓ ਸੋ ਸਪੇਸ ਨਹੀਂ ਆ ਕਿਉਂਕਿ ਪੀਡੀਐਫ ਦੇ ਵਿੱਚ ਆਪਾਂ ਇੱਧੇ ਰੱਖਾਂਗੇ ਇਸ ਨੂੰ ਚੌਥਾ ਹੁੰਦਾ ਹੈ ਜੀ ਕਣ ਸਾਜ਼ ਕਣ ਸਾਜ਼ ਕਣ ਸਾਜ਼ ਕਿਹੜੇ ਹੁੰਦੇ ਹੈਗੇ ਆ ਜੀ ਜਿਹੜੇ ਕਿ ਆਪਸੀ ਟਕਰਾਅ ਦੇ ਨਾਲ ਪੈਦਾ ਹੁੰਦੇ ਆ ਭਾਵ ਟਕਰਾ ਕੇ ਜਿਹੜਾ ਪੈਦਾ ਕਰਦੇ ਕਿਸੇ ਨਾ ਕਿਸੇ ਤੁਹਾਨੂੰ ਆਪਸੀ ਟਕਰਾਅ ਜਿਵੇਂ ਕਿ ਚਿੰਮਟਾ ਇਕੜਕਾਉਣਾ ਪੈਂਦਾ ਹੈ ਆਪਸ ਦੇ ਵਿੱਚ ਟੱਕਰ ਟੱਕਰ ਖਾਂਦਾ ਹੈ ਘੜਾ ਹੋ ਜਾਂਦਾ ਹੈ ਇਹਦੇ ਤੋਂ ਵੀ ਸੁਰ ਜਿਹੜਾ ਪੈਦਾ ਕੀਤਾ ਜਾਂਦਾ ਹੈ ਠੀਕ ਹੈ ਇਸ ਤੋਂ ਇਲਾਵਾ ਕੁੰਗਰੂ ਹੋਗੇ ਕੁੰਗਰੂ ਓਕੇ ਸੱਪ ਸਾਹਜਾ ਵੀ ਇੱਕ ਤਰ੍ਹਾਂ ਦਾ ਹੈ ਓਕੇ ਕਾਟੋ ਤੱਲ ਘੜਿਆਲ ਘੜਿਆਲ ਇੱਕ ਕੰਟੀਆਂ ਕੰਟੀਆਂ ਅਤੇ ਜਲ ਤੰਤਰ ਸੌਰੀ ਚਲ ਤਰੰਗ ਓਕੇ ਸੋ ਇਹ ਆਉਂਦੇ ਹੈਗੇ ਸਾਰੇ ਦੇ ਸਾਰੇ ਜਿਹੜੇ ਸਾਜ਼ ਆਪਸੀ ਟਕਰਾ ਦੇ ਨਾਲ ਪੈਦਾ ਹੁੰਦੇ ਆ ਜਿਨ੍ਹਾਂ ਨੂੰ ਕੰਨ ਸਾਜ਼ ਕਹਿੰਦੇ ਸੋ ਇਹ ਤਲਾ ਅਲੱਗ ਕਰ ਦਿੰਦਾ ਮੈਂ ਇਸ ਤਰ੍ਹਾਂ ਕਿਉਂਕਿ ਪੀਡੀਐਫ ਦੇ ਵਿੱਚ ਤੁਹਾਡੇ ਕੋਲ ਇਧੇ ਰਹਿ ਜਾਣੀਆਂ ਇਹ ਨੇਕਸਟ ਚਲਦੇ ਹਾਂ ਕੁਐਸਚਨ ਨੰਬਰ 102 ਇਹ ਲਿਖਣ ਦੇ ਵਿੱਚੋਂ ਪੰਜਾਬ ਦੇ ਲੋਕ ਸਾਜ਼ਾਂ ਦੇ ਵਿੱਚੋਂ ਕਿਹੜਾ ਤੰਤਿਤ ਸਾਜ਼ ਨਹੀਂ ਹੈ ਸੋ ਇਹ ਆਪਾਂ ਸਾਰੇ ਤੁਹਾਨੂੰ ਦੱਸ ਦਿੱਤੇ ਆ ਜਲਤਰੰਗ ਸਿਤਾਰ ਤਰੰਗ ਤੁੰਬਾ ਜਾਂ ਸਰੰਗੀ ਸੋ ਇਹਨਾਂ ਦੇ ਵਿੱਚ ਤੰਤਿਤ ਸਾਜ਼ ਨਹੀਂ ਹੈ ਭਾਵ ਕਿ ਉਸ ਦੇ ਵਿੱਚ ਤਾਰ ਦਾ ਇਸਤੇਮਾਲ ਨਹੀਂ ਕੀਤਾ ਗਿਆ ਸੋ ਕਿਹੜਾ ਹੈ ਜੀ ਸੋ ਇਹਨਾਂ ਦੇ ਵਿੱਚੋਂ ਹੈ ਜਲਤਰੰਗ ਜਲਤਰੰਗ ਜਿਹੜਾ ਹੈ ਇੱਕ ਕਣ ਸਾਜ਼ ਦੇ ਵਿੱਚ ਸ਼ਾਮਲ ਹੁੰਦਾ ਹੈ ਕਣ ਸਾਜ਼ ਇੱਥੇ ਲਿਖ ਹੀ ਦਿਨਾ ਦੁਬਾਰਾ ਤੁਮੇ ਕਿਉਂਕਿ ਥੋੜੇ ਜਿ ਠੀਕ ਹੋ ਗਿਆ ਸਕਣ ਸਾਜ਼ ਕਣ ਸਾਜ਼ ਕਿਹੜੇ ਹੁੰਦੇ ਆ ਜੀ ਜਿਹੜੇ ਆਪਸੀ ਟਕਰਾਅ ਦੇ ਨਾਲ ਕਿਸੇ ਨਾ ਕਿਸੇ ਤ音 ਨੂੰ ਕ੍ਰੀਏਟ ਕਰਦੇ ਹੈ ਗੈਪ ਠੀਕ ਹੈ ਜੇ ਦੁਬਾਰਾ ਲਿਖ ਦਿੰਨਾ ਮੈਂ ਸਾਰੇ ਚੌਥੀ ਕਿਸਮ ਹੈ ਜਿਹਦੇ ਵਿੱਚ ਚਿੰਟਾ ਹੋ ਜਾਂਦਾ ਹੈ ਘੜਾ ਹੋ ਜਾਂਦਾ ਹੈ ਝੜਕਾਲ ਹੋ ਗਿਆ ਹੈ ਝੜਤਾਲ ਸੋਰੀ ਘੁੰਗਰੂ ਹੋਗੇ ਸੱਪ ਕਾਟੋ ਟਾਲ ਕੜਿਆ ਹਾਲ ਕੰਟੀਆਂ ਜਲਤਰੰਗ ਜੋ ਕਿ অপਸ਼ਨ ਦੇ ਵਿੱਚ ਹੀ ਹੈ ਜਲਤਰੰਗ ਕਾਠ ਤਰੰਗ ਕਾਚ ਤਰੰਗ 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 ਵਾਲੇ ਸਾਰੇ ਜਿਹੜੇ ਇਹਦੇ ਵਿੱਚ ਆਉਂਦੇ ਹੈਗੇ ਓਕੇ ਇਸ ਤੋਂ ਇਲਾਵਾ ਨਜ਼ੀਰਾ ਨਜ਼ੀਰਾ ਤੋਂ ਇਲਾਵਾ ਚਾਂਚ ਇਹ ਸਾਰੇ ਜਿਹੜੇ ਹੈਗੇ ਆ ਬਈ ਕਣਸਾਜ ਨੇਗੇ ਜਿਹੜੇ ਕਿ ਕਿਸੇ ਨਾ ਕਿਸੇ ਟਕਰਾਹ ਦੇ ਨਾਲ ਇੱਕ ਆਵਾਜ਼ ਕ੍ਰੀਏਟ ਕਰਦੇ ਹੈਗੇ ਆ ਓਕੇ ਨੈਕਸਟ ਹੈ ਕੁਐਸਚਨ ਨੰਬਰ 3 2015 ਦੇ ਵਿੱਚ ਅਯੋਜਿਤ ਰਾਸ਼ਟਰੀ ਖੇਡਾਂ ਦੇ ਵਿੱਚ ਪੰਜਾਬ ਨੇ ਕੁੱਲ ਕਿੰਨੇ ਮੈਡਲ ਜਿੱਤੇ ਸੀਗੇ 115 115 93 ਜਾਂ 105 ਸੋ so, 2015 ਦੇ ਵਿੱਚ ਖੇਡਾਂ ਜਿਹੜੀਆਂ ਅਯੋਜਿਤ ਕੀਤੀਆਂ ਗਈਆਂ ਸੀ ਉਸ ਦੇ ਵਿੱਚ ਪੰਜਾਬ ਦੇ ਹਿੱਸੇ ਜਿਹੜੇ ਆਏ ਸੀਗੇ ਮੋਸਿਕੀ ਜੀ 93 ਓਕੇ ਸੋ 93 ਮੈਡਲ ਜਿਹੜੇ ਹੈ ਪੰਜਾਬ ਨੂੰ ਇਸ ਦੇ ਵਿੱਚ ਮਿਲੇ ਸੀਗੇ ਜੀ ਹਾਂਜੀ ਸੋ 2015 ਦੇ ਵਿੱਚ ਰਾਸ਼ਟਰੀ ਖੇਡਾਂ ਆਯੋਜਿਤ ਕੀਤੀਆਂ ਗਈਆਂ ਸੀ ਪੰਜਾਬ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਨੂੰ ਕੁੱਲ 93 ਜਿਹੜੇ ਹੈ ਮੈਡਲ ਮਿਲੇ ਸੀਗੇ ਓਕੇ 2015 ਦੇ ਵਿੱਚ ਇਨਾ 93 ਦੇ ਵਿੱਚੋਂ ਪੰਜਾਬ ਨੂੰ 골ਡ ਮੈਡਲ ਜਿਹੜੇ ਮਿਲੇ ਸੀਗੇ ਸੋਨੇ ਦੇ ਜਿਹੜੇ ਮੈਡਲ ਮਿਲੇ ਸੀਗੇ ਉਹ 27 ਸੀਗੇ ਅੱਗੇ ਕਿ ਆਪਾਂ ਇਹਨਾਂ ਨੂੰ ਹੋਰ ਡੀਪਲੀ ਵੀ ਜਿਹੜੇ ਕਰਦੇ ਜਾਵਾਂਗੇ ਜਿਸ ਦੇ ਵਿੱਚ ਆਪਾਂ ਪਲੇਅਰਸ ਦੀ ਵੀ ਗੱਲ ਕਰਾਂਗੇ ਪੰਜਾਬ ਦੀ ਕਿ ਕਿਹੜੇ-ਕਿਹੜੇ ਹੈਗੇ ਨੇ ਸੋ ਵੀ ਇਹਦੇ ਵਿੱਚ ਹੀ ਆ ਜਾਣਾ ਹੈ ਓਕੇ ਸਿਲਵਰ ਮਿਲੇ ਸੀਗੇ ਜੀ ਸਾਨੂੰ ਇਸ ਦੇ ਵਿੱਚ 34 ਅਤੇ ਬ੍ਰੋਨਜ਼ ਕਾਂਸੇ ਦੇ ਜਿਹੜੇ ਸਾਨੂੰ ਮਿਲੇ ਸੀਗੇ ਜੀ ਮਰਡਰ ਉਹ ਸੀਗੇ ਜੀ ਸੰਖਿਆ ਦੇ ਵਿੱਚ 32 ओके ਸੋ ਕੁੱਲ ਜਿਹੜੇ ਹੈ ਇਸ ਤਰੀਕੇ ਨਾਲ ਆ ਜਾਂਦੇ ਹੈਗੇ ਅਗੇ ਸੋ ਕੁੱਲ 93 ਹੋ ਜਾਂਦੇ ਨੇ ਨੈਕਸਟ ਹੈ ਜੀ ਕੁਐਸਚਨ ਨੰਬਰ 104 2001 ਦੇ ਵਿੱਚ ਅਯੋਜਿਤ ਰਾਸ਼ਟਰੀ ਖੇਡਾਂ ਦੇ ਵਿੱਚ ਪੰਜਾਬ ਨੇ ਕਿੰਨੇ ਮੈਡਲ ਜਿੱਤੇ ਸੀਗੇ 101 163 110 ਜਾਂ 201 ਸੋ so, 2001 ਦੀਆਂ ਰਾਸ਼ਟਰੀ ਖੇਡਾਂ ਦੇ ਵਿੱਚ ਪੰਜਾਬ ਦੇ ਹਿੱਸੇ 163 ਮੈਡਲ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ 골ਡ ਮੈਡਲ ਜਿਹੜੇ ਰਹੇ ਸੀਗੇ ਉਹ ਸੀਗੇ 61 ਸਿਲਵਰ ਮੈਡਲ ਜਿਹੜੇ ਰਹੇ ਸੀਗੇ ਇਹਨਾਂ ਗੇਮਸ ਦੇ ਵਿੱਚ ਪੰਜਾਬ ਦੇ ਹਿੱਸੇ ਇਹ ਸੀਗੇ 44 ব্রোনে ਜਿਹੜੇ ਸੀਗੇ ਜੀ ਕਾਂਸੇ ਦੇ ਜਿਹੜੇ ਮੈਡਲ ਮਿਲੇ ਸੀਗੇ ਪੰਜਾਬ ਨੂੰ ਉਹ ਸੀਗੇ 58 ਦੇ ਕਰੀਬ ਓਕੇ ਤੇ ਕੁੱਲ ਆ ਜਾਂਦੇ ਹੈ ਜੀ 63 ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 5 ਪੰਜਾਬ ਰਾਜ ਬੀਜ ਨਿਗਮ ਕਦੋਂ ਸਥਾਪਿਤ ਕੀਤਾ ਗਿਆ ਸੀਗਾ ਜੀ 1936 ਦੇ ਵਿੱਚ 1976 ਦੇ ਵਿੱਚ 1934 ਦੇ ਵਿੱਚ ਜਾਂ 2001 ਦੇ ਵਿੱਚ ਪੰਜਾਬ ਦੇ ਵਿੱਚ ਵਿਜ਼ ਨਿਗਮ ਜਿਹੜਾ ਕਿ ਪੰਜਾਬ ਦੀ ਵੀਜ਼ਾ ਦੇ ਨਾਲ ਸੰਬੰਧਿਤ ਇੱਕ ਸੈਂਟਰ ਹੈ ਜਿੱਥੋਂ ਸਾਰਾ ਕੁਝ ਜਿਹੜਾ ਧਿਆਨ ਰੱਖਿਆ ਜਾਂਦਾ ਹੈ ਸੋ ਇਸ ਦਾ ਜਿਹੜਾ ਸਥਾਪਿਤ ਕਰਨ ਦੀ ਡੇਟ ਹੈ ਸੋ ਸਾਲ 1976 ਦੇ ਵਿੱਚ ਹੈ ਅਤੇ ਇਹਦਾ ਦਫ਼ਤਰ ਜਿਹੜਾ ਹੈ ਉਹ ਮਹਾਲੀ ਦੇ ਵਿੱਚ ਹੈ ਮਹਾਲੀ ਦੇ ਵਿੱਚ ਜਿਹੜਾ ਹੈ ਇਸ ਦਾ ਹੈੱਡ ਕੁਆਰਟਰ ਹੈ 1976 ਦੇ ਵਿੱਚ ਇਹ ਬਣਾਇਆ ਗਿਆ ਸੀ ਨੈਕਸਟ ਹੈ ਜੀ 106 ਨੰਬਰ ਪੰਜਾਬ ਰਾਜ ਕਿਸਾਨ ਕਮਿਸ਼ਨ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ ਜੀ ਸੰਗਰੂਰ ਚ ਹੈ ਪਟਿਆਲਾ ਚ ਹੈ ਜਲੰਧਰ ਚ ਹੈ ਜਾਂ ਮੋਹਾਲੀ ਚ ਹੈ ਸੋ ਪੰਜਾਬ ਰਾਜ ਕਿਸਾਨ ਕਮਿਸ਼ਨ ਜਿੱਥੋਂ ਕਿਸਾਨਾਂ ਦੇ ਲਈ ਜਿਹੜੇ ਹੈ ਪਲੈਨਿੰਗ ਕੀਤੀ ਜਾਂਦੀ ਹੈ ਯੋਜਨਾ ਬਣਾਈ ਜਾਂਦੀ ਹੈ ਸੋ ਇਹ ਮੋਹਾਲੀ ਦੇ ਵਿੱਚ ਹੀ ਸਥਿਤ ਹੈ ਇਹ ਬਲਾ ਵੀ ਨੈਕਸਟ ਹੈ ਜੀ 107 ਨੰਬਰ ਪੰਜਾਬ ਰਾਜ ਯੋਜਨਾ ਬੰਦੀ ਬੋਰਡ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ ਚੰਡੀਗੜ੍ਹ ਦੇ ਵਿੱਚ ਮੋਹਾਲੀ ਦੇ ਵਿੱਚ ਬਠਿੰਡੇ ਦੇ ਵਿੱਚ ਜਾਂ ਜਲੰਧਰ ਦੇ ਵਿੱਚ ਸੋ ਪੰਜਾਬ ਰਾਜ ਦੀ ਯੋਜਨਾ ਬੰਦੀ ਬੋਰਡ ਜਿਹੜਾ ਹੈ ਇਹ ਕਿਹੜੇ ਸਥਾਨ ਵਿਖੇ ਹੈ ਜੀ ਸੋ ਇਸਤਿਤ ਹੈਗਾਗਾ ਚੰਡੀਗੜ੍ਹ ਦੇ ਵਿੱਚ ਓਕੇ ਯੋਜਨਾ ਹੈ ਪੰਜਾਬ ਰਾਜ ਦੇ ਲਈ ਜਿੰਨੀਆਂ ਵੀ ਪਲੈਨਿੰਗਸ ਬੰਦੀਆਂ ਨੇ ਉਹ ਚੰਡੀਗੜ੍ਹ ਤੋਂ ਬਣਾਈਆਂ ਜਾਂਦੀਆਂ ਨੇ ਸਿਸ ਕਰਕੇ ਆਪਾਂ ਇਹਦੇ ਵਿੱਚ ਚੰਡੀਗੜ੍ਹ ਨੂੰ ਜਿਹੜਾ ਹੈ ਚੂਜ਼ ਕਰਨਾ ਹੈ ਅੱਗੇ ਹੈ ਜੀ 108 ਨੰਬਰ ਪੰਜਾਬ ਰਾਜ ਜੰਗਲਾਤ ਵਿਭਾਗ ਨਿਗਮ ਦਾ ਪ੍ਰਮੁੱਖ ਦਫ਼ਤਰ ਕਿੱਥੇ ਹੈ ਅੰਮ੍ਰਿਤਸਰ ਦੇ ਵਿੱਚ ਬਠਿੰਡੇ ਦੇ ਵਿੱਚ ਮਹਾਲੀ ਦੇ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਸੋ ਪੰਜਾਬ ਰਾਜ ਜੰਗਲਾਤ ਵਿਭਾਗ ਦੇ ਅਧੀਨ ਮਹਾਲੀ ਇਸ ਦਾ ਪ੍ਰਮੁੱਖ ਦਫ਼ਤਰ ਹੈਗਾ ਤੇ ਇੱਥੋਂ ਹੀ ਪੰਜਾਬ ਦੇ ਸਾਰੇ ਦਰਖਤਾਂ ਦਾ ਜਿਹੜਾ ਰਿਕਾਰਡ ਉਸ ਨੂੰ ਧਿਆਨ ਚ ਰੱਖਿਆ ਜਾਂਦਾ ਹੈ ਉਹਦੇ ਪ੍ਰਤੀ ਐਕਸ਼ਨ ਲਈ ਜਾਂਦਾ ਹੈਗਾ ਅਤੇ ਪੰਜਾਬ ਦੀਆਂ 13 ਸੈਂਚਰੀ ਜਿਹੜੀਆਂ ਕਿ ਜਿਨ੍ਹਾਂ ਨੂੰ ਕਿ ਰੱਖ ਬਾਗ ਕਿਹਾ ਜਾਂਦਾ ਹੈ ਸੋ ਉਹਨਾਂ ਦੀ ਨਿਗਰਾਨੀ ਤੇ ਸਾਮ ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਇਸੇ ਕਮਿਸ਼ਨ ਦੀ ਹੈਗੀ ਹੈਗੀ ਇਸੇ ਕਮਿਸ਼ਨ ਦੇ ਆਧਾਰ 'ਤੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੇ ਹੈ ਜੰਗਲ ਹੁਸ਼ਿਆਰਪੁਰ ਦੇ ਵਿੱਚ ਆ ਜਾਂਦੇ ਹੈਗੇ ਆ ਜਿਹੜੇ ਕਿ 34% ਹੈਗੇ ਨੇ ਓਕੇ ਸਭ ਤੋਂ ਘੱਟ ਆ ਜਾਂਦੇ ਹੈਗੇ ਜੀ ਮਾਨਸਾ ਦੇ ਵਿੱਚ ਬਠਿੰਡੇ ਦੇ ਵਿੱਚ ਮੁਖਸਰ ਦੇ ਵਿੱਚ ਫਾਦਲਕਾ ਦੇ ਵਿੱਚ ਓਕੇ ਸੋ ਇਹ ਸਾਰੇ ਜਿਹੜੇ ਹੈਗੇ ਹੈਗੇ ਘਟ ਵਾਲੇ ਜਿੱਥੇ 2% ਤੋਂ ਵੀ ਘਟ ਦਰਖਤ ਪਾਏ ਜਾਂਦੇ ਹੈਗੇ ਅੱਗੇ ਹੈ ਜੀ ਕੁਐਸਚਨ ਨੰਬਰ 109 ਪਟਿਆਲੇ ਦੇ ਵਿੱਚ ਕਿਹੜੇ ਵਿਭਾਗ ਦਾ ਮੁਖ ਦਫਤਰ ਹੈ ਸਿੱਖਿਆ ਬੋਰਡ ਹੈ ਪੰਜਾਬ ਵਿੱਚ ਕਮਿਸ਼ਨ ਹੈ ਪੰਜਾਬ ਵਿੱਤ ਕਮਿਸ਼ਨ ਸੋਰੀ ਪੰਜਾਬ ਲੋਕ ਸੇਵਾ ਵਿਭਾਗ ਜਾਂ ਪੰਜਾਬ ਰਾਜ ਭਾਸ਼ਾ ਬੇਪਾਕ ਸੋ ਪਟਿਆਲੇ ਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਹੈੱਡ ਕੁਆਟਰ ਹੈ ਸੋ ਪਟਿਆਲੇ ਦੇ ਵਿੱਚ ਇਹਨਾਂ ਦੇ ਵਿੱਚੋਂ ਸਥਿਤ ਹੈ ਜੀ ਪੰਜਾਬ ਲੋਕ ਸੇਵਾ ਵਿਭਾਗ ਸੋ ਇਸ ਸਥਾਨ 'ਤੇ ਕਿਹ ਹੈ ਜੀ ਓਕੇ ਸੋ ਕੁਝ ਹੋਰ ਵਿਭਾਗ ਵੀ ਲਿਖ ਲੈਣਾ ਜਿਵੇਂ ਪੰਜਾਬ ਰਾਜ ਮਹਿਲਾ ਵਿਭਾਗ ਪੰਜਾਬ ਰਾਜ ਮਹਿਲਾ ਅਜੋਕ ਸੋ ਇਹਦਾ ਮੁੱਖ ਦਫ਼ਤਰ ਹੈ ਜੀ ਚੰਡੀਗੜ੍ਹ ਇਹਦਾ ਮੁੱਖ ਦਫ਼ਤਰ ਹੈ ਜੀ ਚੰਡੀਗੜ੍ਹ ਦੇ ਵਿੱਚ ओके okay. so, सो ਕੁਝ ਹੋਰ ਪ੍ਰਸਿੱਧ ਦਫ਼ਤਰ ਵੀ ਜਿਹੜੇ ਹੈ ਪੰਜਾਬ ਦੇ ਵਿੱਚ ਪ੍ਰਚਲਿਤ ਨੇਗੇ ਜਿਨ੍ਹਾਂ ਦੇ ਬਾਰੇ ਕੁਐਸਚਨ ਅਕਸਰ ਆਉਂਦੇ ਰਹਿੰਦੇ ਹੈਗੇ ਹੈਗੇ ਜਿਹਦੇ ਵਿੱਚੋਂ ਇੱਕ ਹੈ ਜੀ ਪੰਜਾਬ ਰਾਜ ਚੋਣ ਕਮਿਸ਼ਨ ਪੰਜਾਬ ਰਾਜ ਚੋਣ ਕਮਿਸ਼ਨ ਇਹਦਾ ਮੁੱਖ ਦਫ਼ਤਰ ਹੈਗਾ ਜੀ ਚੰਡੀਗੜ੍ਹ ਦੇ ਵਿੱਚ ਸੋ ਪੰਜਾਬ ਦਾ ਜਿਹੜਾ ਮੁੱਖ ਚੋਣ ਕਮਿਸ਼ਨਰ ਹੈ ਸੋ ਉਹਦਾ ਜਿਹੜਾ ਮੈਨ ਕਮਾਂਡ ਜਿਹੜੀ ਆ ਉਹ ਚੰਡੀਗੜ੍ਹ ਤੋਂ ਹੁੰਦੀ ਹੈ ਕਿ ਆ ਓਕੇ ਇਸ ਤੋਂ ਇਲਾਵਾ ਪੰਜਾਬ ਊਰਜਾ ਵਿਕਾਸ ਏਜੰਸੀ ਪੰਜਾਬ ਊਰਜਾ ਵਿਕਾਸ ਏਜੰਸੀ ਊਰਜਾ ਵਿਕਾਸ ਏਜੰਸੀ ਸੋ ਇਸ ਤਰ੍ਹਾਂ ਹੈ ਜੀ ਪੰਜਾਬ ਦੇ ਵਿੱਚ ਅਜੀਤਗੜ੍ਹ ਦੇ ਵਿੱਚ ਭਾਵ ਮੋਹਾਲੀ ਦੇ ਵਿੱਚ ਓਕੇ ਪੰਜਾਬ ਰਾਜ ਕਾਨੂੰਨ ਕਮਿਸ਼ਨ ਪੰਜਾਬ ਰਾਜ ਕਾਨੂੰਨ ਕਮਿਸ਼ਨ ਇਹ ਵੀ ਚੰਡੀਗੜ੍ਹ ਦੇ ਵਿੱਚ ਹੀ ਆ ਜੀ ਕਾਨੂੰਨ ਨੂੰ ਲੈ ਕੇ ਪੰਜਾਬ ਰਾਜ ਕਾਨੂੰਨ ਕਮਿਸ਼ਨ ਸੇ ਵੀ ਚੰਡੀਗੜ੍ਹ ਦੇ ਵਿੱਚ ਹੀ ਪੈ ਜਾਂਦਾ ਹੈ ਜੀ ਓਕੇ ਇਸ ਤੋਂ ਲਾ ਬਾ ਇੱਕ ਹੋਰ ਜ਼ਿਆਦਾ ਇੰਪੋਰਟੈਂਟ ਹੈ ਜੀ ਉਹ ਹੈ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਮਨੁੱਖੀ ਅਧਿਕਾਰ ਕਮਿਸ਼ਨ ਇਹਦਾ ਮੁੱਖ ਦਫ਼ਤਰ ਵੀ ਚੰਡੀਗੜ੍ਹ ਦੇ ਵਿੱਚ ਹੀ ਹੈ ਓਕੇ ਪੰਜਾਬ ਰਾષા ਪੰਜਾਬ ਰਾਜ ਭਾਸ਼ਾ ਕਮਿਸ਼ਨ ਪੰਜਾਬ ਰਾਜ ਭਾਸ਼ਾ ਕਮਿਸ਼ਨ ਸੋ ਇਹਦਾ ਮੁੱਖ ਦਫ਼ਤਰ ਵੀ ਜਿਹੜਾ ਹੈ ਜੀ ਚੰਡੀਗੜ੍ਹ ਦੇ ਵਿੱਚ ਹੀ ਆ ਜਾਂਦਾ ਹੈ ਓਕੇ ਤੇ ਬਾਕੀ ਦੇ ਜਿਹੜੇ ਅੱਗੇ ਆਪਾਂ ਅਗਲੇ ਸੈਸ਼ਨਾਂ 'ਚ ਗੱਲ ਕਰ ਦਵਾਂਗੇ ਇੱਕ ਹੋਰ ਨੋਟ ਕਰ ਲਿਓ ਜੀ ਪੰਜਾਬ ਰਾਜ ਵਪਾਰੀ ਬੋਰਡ ਪੰਜਾਬ ਰਾਜ ਵਪਾਰੀ ਬੋਰਡ ਵਪਾਰੀ ਬੋਰਡ ਓਕੇ ਸੋ ਇਹਦਾ ਮੁੱਖ ਦਫ਼ਤਰ ਵੀ ਜਿਹੜਾ ਹੈ ਉਹ ਚੰਡੀਗੜ੍ਹ ਦੇ ਵਿੱਚ ਹੈ ਜੀ ਸੋ ਇਸ ਕਰਕੇ ਸਾਰੇ ਦੇ ਸਾਰੇ ਚੰਡੀਗੜ੍ਹ ਚ ਆ ਜਾਂਦੇ ਆ ਸੋ ਬਾਕੀ ਅੱਗੇ ਜਿਹੜੇ ਹੈ ਨੈਕਸਟ ਆਪਾਂ ਆ ਡਿਸਕਸ ਕਰਾਂਗੇ ਅਗਲੇ ਸੈਸ਼ਨਾਂ ਦੇ ਵਿੱਚ ਓਕੇ ਇੱਕ ਇਹਨਾਂ ਚ ਇੱਕ ਹੋਰ ਹੈ ਪੀ ਐਸ ਪੀ ਸੀ ਐਲ ਇਹਦਾ ਮੁੱਖ ਦਫ਼ਤਰ ਜਿਹੜਾ ਉਹ ਪਟਿਆਲੇ ਦੇ ਵਿੱਚ ਆ ਕਾਫੀ ਜ਼ਿਆਦਾ ਇੰਪੋਰਟੈਂਟ ਹੈ ओके पीसीपीएल ਦਾ ਭਾਵ ਹੈ ਜੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ओके ਬਿਜਲੀ ਬੋਰਡ ਜਿਹੜਾ ਹੈ ਇਹਦਾ ਮੁੱਖ ਦਫ਼ਤਰ ਪੰਜਾਬ ਦੇ ਵਿੱਚ ਪਟਿਆਲੇ ਦੇ ਵਿੱਚ ਹੈ ਨੈਕਸਟ ਹੈ ਜੀ 109 ਨੰਬਰ ਤੋਂ ਬਾਅਦ 10 ਨੰਬਰ ਜੀ ਪੰਜਾਬ ਮੈਡੀਕਲ ਕਾਉਂਸਲ ਦਾ ਮੁੱਖ ਪ੍ਰਮੁੱਖ ਦਫ਼ਤਰ ਕਿੱਥੇ ਹੈ ਜੀ ਮਹਾਲੀ ਦੇ ਵਿੱਚ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਾਂ ਮੋਗੇ ਦੇ ਵਿੱਚ ਸੋ ਪੰਜਾਬ ਮੈਡੀਕਲ ਕਾਉਂਸਲ ਦਾ ਪ੍ਰਮੁੱਖ ਦਫ਼ਤਰ ਹੈ ਜੀ ਮਹਾਲੀ ਦੇ ਵਿੱਚ ओके ਪੰਜਾਬ ਵਿਧਿਕ ਟ੍ਰਿਬਿਊਨਲ ਪੰਜਾਬ ਵਿਧਿਕ ਟ੍ਰਿਬਿਊਨਲ ਟ੍ਰਿਬਿਊਨਲ ਸੇਦਾ ਮੁੱਖ ਦਫਤਰ ਹੈ ਜੀ ਮਹਾਲੀ ਦੇ ਵਿੱਚ ਓਕੇ ਮਹਾਲੀ ਦੇ ਵਿੱਚ ਇੱਕ ਦਫਤਰ ਹੋਰ ਨੋਟ ਕਰ ਲਿਓ ਜੀ ਇਹ ਵੀ ਕਾਫੀ ਇੰਪੋਰਟੈਂਟ ਹੈ ਜੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਇਹਦਾ ਮੁੱਖ ਦਫ਼ਤਰ ਪੰਜਾਬ ਦੇ ਵਿੱਚ ਸਥਿਤ ਹੈ ਜੀ ਪਟਿਆਲਾ ਦੇ ਵਿੱਚ ਇਹ ਵੀ ਪਟਿਆਲਾ ਦੇ ਵਿੱਚ ਆ ਜਾਂਦਾ ਹੈ ਓਕੇ ਨੈਕਸਟ ਚੱਲਦੇ ਹਾਂ ਜੀ 111 ਨੰਬਰ ਪੰਜਾਬ ਰਾਜ ਮਹਿਲਾ ayog ਦਾ ਪ੍ਰਮੁੱਖ ਦਫ਼ਤਰ ਇਹ ਵੀ ਆਪਾਂ ਗੱਲ ਕਰ ਲਈਤੀ ਹੈ ਜਲੰਧਰ ਦੇ ਵਿੱਚ ਆ ਪਟਿਆਲੇ ਦੇ ਵਿੱਚ ਆ ਚੰਡੀਗੜ੍ਹ ਦੇ ਵਿੱਚ ਆ ਜਮੋਗੇ ਦੇ ਵਿੱਚ ਆ ਸੋ ਇਹਦਾ ਮੁੱਖ ਦਫ਼ਤਰ ਹੈ ਜੀ ਚੰਡੀਗੜ੍ਹ ਦੇ ਵਿੱਚ ਜਿੱਥੇ ਮਹਿਲਾ ਨੂੰ ਲੈ ਕੇ ਜਿਹੜੇ ਹੈ ਕਮਿਸ਼ਨ ਬਣਾਏ ਜਾਂਦੇ ਹੈ ਉਹਨਾਂ ਦੇ ਹਿੱਤਾਂ ਦੇ ਵਿੱਚ ਉਹਨਾਂ ਦੀ ਸੁਰੱਖਿਆ ਦੇ ਲਈ ਨੈਕਸਟ ਹੈ ਜੀ 12 ਨੰਬਰ ਇੱਕ ਛਿਟ ਚਾਨਣ ਦੀ ਕਹਾਣੀ ਕਿਸ ਦੀ ਲਿਖੀ ਹੋਈ ਹੈ ਜੀ ਕਰਤਾਰ ਸਿੰਘ ਦੁੱਗਲ ਦੀ ਹਰਪ੍ਰਜਨ ਸਿੰਘ ਦੀ ਸੰਤ ਸਿੰਘ ਸਿੱਖੋ ਦੀ ਜਾਂ ਗੁਰਮukh ਸਿੰਘ ਮੁਸਾਫਿਰ ਦੀ ਇੱਕ ਛਿਟ ਚਾਨਣ ਦੀ ਕਹਾਣੀ ਸੋ ਹਰ ਪੇਪਰ ਦੇ ਵਿੱਚ ਪੰਜਾਬੀ ਸਾਹਿਤ ਨੂੰ ਲੈ ਕੇ ਵੀ ਜਿਹੜੇ ਕੁਐਸਚਨ ਆਉਂਦੇ ਹੁੰਦੇ ਆ ਇਸ ਕਰਕੇ ਇਹਨਾਂ ਦਾ ਵੀ ਖਾਸ ਧਿਆਨ ਰੱਖਾਂਗੇ ਆਪਾਂ ਤੁਹਾਨੂੰ ਕਵਰ ਕਰਦੇ ਰਹਾਂਗੇ ਕਰਤਾਰ ਸਿੰਘ ਦੁੱਗਲ ਦੀ ਲਿਖੀ ਹੋਈ ਹੈ ਜੀ ਇੱਕ ਛਿਟ ਚਾਨਣ ਦੀ ਸੋ ਕਰਤਾਰ ਕਰਤਾਰ ਸਿੰਘ ਦੁੱਗਲ ਜਿਹੜੇ ਹੈਗੇ ਨੇ ਬਈ ਇਹ ਰਾਵਲਪਿੰਡੀ ਦੇ ਨਿਵਾਸੀ ਸੀਗੇ ਪੁਰਾਣੇ ਪੰਜਾਬ ਦੀ ਜੇ ਆਪਾਂ ਗੱਲ ਕਰੀਏ ਰਾਵਲਪਿੰਡੀ ਪਿੰਡ ਤੋਂ ਪੈ ਜਾਂਦੇ ਸੀਗੇ ਓਕੇ ਪੰਜਾਬੀ ਦੇ ਇਹ ਕਹਾਣੀਕਾਰ ਵੀ ਨੇਗੇ ਕਹਾਣੀਕਾਰ ਵੀ ਆ ਤੇ ਨਾਵਲਕਾਰ ਵੀ ਆ ਦੋਨਾਂ ਦੇ ਲਈ ਪ੍ਰਸਿੱਧ ਨੇ ਜੀ ਕਰਤਾਰ ਸਿੰਘ ਦੁੱਗਲ ਓਕੇ ਇਹਨਾਂ ਦੇ ਪ੍ਰਮੁੱਖ ਕਹਾਣੀ ਸੰਗ੍ਰਹਿਾਂ ਦੀ ਗੱਲ ਕਰੀਏ ਕਹਾਣੀ ਸੰਗ੍ਰਹਿ ਜੋ ਕਿ ਕਾਫੀ ਜ਼ਿਆਦਾ ਪ੍ਰਚਲਿਤ ਨੇ ਤਾਂ ਉਹਨਾਂ ਦੇ ਵਿੱਚੋਂ ਸਵੇਰੇ ਸਵੇਰ ਸਾਰ ਸਵੇਰ ਸਾਰ ਆ ਜਾਂਦੀ ਹੈ ਜੀ ਜਿਹੜੀ ਕਿ 1942 ਦੇ ਵਿੱਚ ਲਿਖਿਆ ਹੋਇਆ ਕਹਾਣੀ ਸੰਗ੍ਰਹਿ ਹੈ ਕਰਾਮਾਤ ਇਹਨਾਂ ਦੀ ਹੀ ਕਹਾਣੀ ਸੰਗ੍ਰਹਿ ਹੈ ਜੀ ਕਰਾਮਾਤ 1957 ਦੇ ਵਿੱਚ ਪ੍ਰਕਾਸ਼ਿਤ ਹੋਇਆ ਹੈ ਇੱਕ ਛਿਟ ਚੰਨ ਦੀ ਸੋ ਇਹ ਵੀ ਇਹਨਾਂ ਦਾ ਕਹਾਣੀ ਸੰਗ੍ਰਹਿ ਹੈ ਜਿਹੜਾ ਕਿ ਸਾਲ 1963 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਨਾਲ ਨੋਟ ਕਰ ਲਿਓ ਓਕੇ ਇੱਕ ਇਹ ਚੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਰਿਹਾ ਹੈ ਜੀ ਫੁੱਲ ਤੋੜਨਾ ਮਨਾ ਹੈ ਇਹ ਸ਼ਾਇਦ ਤੁਸੀਂ ਪੜੀ ਵੀ ਹੋਵੇ ਫੁੱਲ ਤੋੜਨਾ ਮਣਾ ਹੈ ਸੋ ਇਹ ਵੀ ਜਿਹੜੀ ਕਹਾਣੀ ਹੈ ਇਹ ਕਰਤਾਰ ਸਿੰਘ ਦੁੱਗਲ ਦੀ ਹੀ ਹੈਗੀ ਹੈਗੀ ਓਕੇ ਇਹਨਾਂ ਦੇ ਦੁਆਰਾ ਕੁਝ ਨਾਵਲ ਵੀ ਲਿਖੇ ਗਿਆ ਜੋ ਕਾਫੀ ਚਰਚਿਤ ਨੇ ਉਹਨਾਂ ਦੇ ਵਿੱਚੋਂ ਕੁਝ ਪ੍ਰਮੁੱਖ ਜਿਵੇਂ ਕਿ ਆਂਧਰਾ ਇੱਕ ਪ੍ਰਸਿੱਧ ਨਾਵਲ ਇਹਨਾਂ ਦਾ ਪੁੰਨਿਆ ਦੀ ਰਾਤ ਪੁੰਨਿਆ ਦੀ ਰਾਤ ਇਹ ਵੀ ਇਹਨਾਂ ਦਾ ਹੀ ਨਾਵਲ ਹੈ ਜੀ ਓਕੇ ਬੰਦ ਦਰਵਾਜ਼ੇ ਬੰਦ ਦਰਵਾਜ਼ੇ ਮਿੱਟੀ ਮੁਸਲਮਾਨ ਕੀ ਆ ਵੀ ਕਾਫੀ ਇੰਪੋਰਟੈਂਟ ਹੈ ਮਿੱਟੀ ਮੁਸਲਮਾਨ ਕੀ ਸੋ ਇਹ ਵਾਲੀ ਪੁਸਤਕ ਜਾਂ ਨਾਵਲ ਜਿਹੜਾ ਹੈ ਸੋ ਇਹ ਵੀ ਕਰਤਾਰ ਸਿੰਘ ਦੁਗਲ ਦਾ ਹੈ ਜੀ ਓਕੇ ਨੈਕਸਟ ਹੈ ਜੀ ਕੁਐਸਚਨ ਨੰਬਰ 113 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦਾ ਸਭ ਤੋਂ ਘੱਟ ਘੱਟ ਵਸੋਂ ਕੰਤਾਵਲਾ ਜ਼ਿਲ੍ਹਾ ਕਿਹੜਾ ਹੈ ਮੋਗਾ ਹੈ ਸੰਗਰੂਰ ਹੈ ਮਾਨਸਾ ਹੈ ਜਾਂ ਮੁਕਸਰ ਹੈ ਸੋ ਸਭ ਤੋਂ ਘੱਟ ਕੰਤਾ ਜਿਹੜੀ ਹੈ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਸੇ ਮੁਕਸਰ ਦੀ ਹੈ ਜੀ ਓਕੇ ਕੰਤਾ ਦੀ ਗੱਲ ਕੀਤੀ ਗਈ ਹੈ ਤਾਂ ਕੰਤਾ ਦੇ ਵਿੱਚ ਮੁਕਸਰ ਹੀ ਆਉਂਦਾ ਹੈ ਜਿੱਥੇ ਤਕਰੀਬਨ 348 ਪਰਸਨ ਰਹਿੰਦੇ ਹੈਗੇ ਜੀ ਪਰ ਸਕੁਅਰ ਕਿਲੋਮੀਟਰ ਓਕੇ 348 ਸਭ ਤੋਂ ਵੱਧ ਆ ਜਾਂਦੇ ਹੈਗੇ ਜੀ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਘਣਤਾ ਜਾਂਦੀ ਹੈ ਪਪੂਲੇਸ਼ਨ ਦੀ ਲੁਧਿਆਣਾ ਦੇ ਵਿੱਚ ਜਿੱਥੇ 975% ਰਹਿੰਦੇ ਹੈਗੇ ਕਿ ਪਰ ਸਕਰ ਕਿਲੋਮੀਟਰ ਇਹ ਸਭ ਤੋਂ ਵੱਧ ਆਉਂਦਾ ਹੈ ਦੂਜੇ ਸਥਾਨ ਤੇ ਅੰਮ੍ਰਿਤਸਰ ਆ ਜਾਂਦਾ ਹੈ ਤੀਜੇ ਸਥਾਨ ਤੇ ਜਲੰਧਰ ਆ ਜਾਂਦਾ ਇਹਨਾਂ ਦੇ ਵਿੱਚੋਂ ਓਕੇ ਸੋ ਇਹ ਵੱਧ ਵਾਲਾ ਹੈ ਨਾਲ ਲਿਖ ਲਿਓ ਉਸ ਨੂੰ ਵੱਧ ਘਣਤਾ ਪੰਜਾਬ ਦੇ ਵਿੱਚੋਂ ਨੈਕਸਟ ਹੈ ਜੀ ਕੁਐਸਚਨ ਨੰਬਰ 14 ਪੰਜਾਬ ਦੇ ਕਿਹੜੇ ਜ਼ਿਲ੍ਹੇ ਦਾ ਲਿੰਗਨ ਪਾਸ ਸਭ ਤੋਂ ਘੱਟ ਹੈ ਜੀ ਮਾਨਸਾ ਦਾ ਹੈ ਗੁਰਦਾਸਪੁਰ ਦਾ ਹੈ ਬਠਿੰਡਾ ਦਾ ਹੈ ਜਾਂ ਕਪੂਰਥਲਾ ਦਾ ਹੈ ਸੋ ਸਭ ਤੋਂ ਘੱਟ ਜਿਹੜਾ ਹੈ ਬਠਿੰਡਾ ਦਾ ਹੈ ਜੀ तकरीबन तकरीबन 868% 808 ਸੌਰੀ 868 ਲੜਕੀਆਂ ਨੇਗੀਆਂ ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਇਹ ਸਭ ਤੋਂ ਘੱਟ ਹੈ ਸਭ ਤੋਂ ਵੱਧ ਜਿਹੜਾ ਹੈ ਉਹ ਹੁਸ਼ਿਆਰਪੁਰ ਦਾ ਹੈ ਜੀ ਹਾਈਐਸਟ ਦੇ ਵਿੱਚ ਆਉਂਦਾ ਹੈ ਹੁਸ਼ਿਆਰਪੁਰ ਸੋ ਇੱਥੇ तकरीबन 962 ਇਸਤਰੀਆਂ ਨੇ ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਇਹ ਹਾਈਐਸਟ ਹੈ ਜੀ ਹੁਸ਼ਿਆਰਪੁਰ ਓਕੇ ਹੁਸ਼ਿਆਰਪੁਰ ਪਹਿਲੇ ਸਥਾਨ ਤੇ ਆਉਂਦਾ ਹੈ ਕਈ ਸਥਾਨਾਂ ਦੇ ਵਿੱਚ ਜਿਵੇਂ ਕਿ ਜੰਗਲ ਸਭ ਤੋਂ ਵੱਧ ਇੱਥੇ ਨੇਗੇ ਠੀਕ ਹੈ 34% ਨੇਗੇ ਇਹਦੇ ਵਿੱਚੇ ਪਹਿਲੇ ਸਥਾਨ ਤੇ ਆਉਂਦਾ ਹੈ ਇਸ ਤੋਂ ਇਲਾਵਾ ਪੜ੍ਹੇ ਲਿਖੇ ਸਾਖਰਤਾ ਦੇ ਮਾਮਲੇ ਦੇ ਵਿੱਚ ਜਿਹੜਾ ਹੁਸ਼ਿਆਰਪੁਰ ਹੈ ਸਭ ਤੋਂ ਪਹਿਲੇ ਸਥਾਨ ਤੇ ਆਉਂਦਾ ਹੈਗਾ ਜਿਹੜਾ ਕਿ 84% ਸਾਖਰ ਹੈ ਪੰਜਾਬ ਦਾ ਜ਼ਿਲ੍ਹਾ ਇਸ ਤੋਂ ਇਲਾਵਾ ਹੁਸ਼ਿਆਰਪੁਰ ਦੇ ਵਿੱਚ ਲਿੰਗਨ ਪਾਤ ਵੀ ਜਿਹੜਾ ਹੈ ਉਹ ਸਭ ਤੋਂ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਲਿੰਗਨ ਪਾਤ ਵੀ ਸਭ ਤੋਂ ਜ਼ਿਆਦਾ ਹੈ 962 ਹੈ ਜੀ प्रति हजार ਮਰਦਾਂ ਦੇ ਪਿੱਛੇ ਠੀਕ ਹੈ ਜੀ ਨੈਕਸਟ ਹੈ ਜੀ 14 ਨੰਬਰ ਪੰਜਾਬ ਦੇ ਕਿਹੜੇ ਲਿੰਗਨ ਜ਼ਿਲ੍ਹੇ ਦਾ ਲਿੰਗਨ ਪਾਸ ਸਭ ਤੋਂ ਵਧੇਰੇ ਹੈ ਜੀ ਮਾਨਸਾ ਦਾ ਹੁਸ਼ਿਆਰਪੁਰ ਦਾ ਮੋਗਾ ਦਾ ਚੰਦ ਦਿਆਣਾ ਦਾ ਤੋਂ ਹੁਸ਼ਿਆਰਪੁਰਾ ਜੀ ਹੁਣੇ ਗੱਲ ਕਰਕੇ ਛੱਡਿਆ 962 ਲੇਡੀਜ਼ ਰੇਟਿੰਗਾਂ ਨੇ ਪ੍ਰਤੀ ਹਜ਼ਾਰ ਮਰਦਾਂ ਦੇ ਪਿੱਛੇ ਨੈਕਸਟ ਹੈ ਜੀ 16 ਨੰਬਰ ਪੰਜਾਬ ਦੇ ਕਿਹੜੇ ਜ਼ਿਲ੍ਹੇ ਦੀ ਸਾਖਰਤਾ ਦਰ ਸਭ ਤੋਂ ਵੱਧ ਹੈ ਜੀ ਹੁਸ਼ਿਆਰਪੁਰ ਦੀ ਜਲੰਧਰ ਦੀ ਫਿਰੋਜ਼ਪੁਰ ਦੀ ਜਾਂ ਪਟਿਆਲਾ ਦੀ ਸੋ ਇਦ ਲਈ ਫੇਮਸ ਸਾਜੀ ਹੁਸ਼ਿਆਰਪੁਰ ਪਹਿਲੇ ਸਥਾਨ ਤੇ ਆਉਂਦਾ ਹੈਗਾ ਸਭ ਤੋਂ ਘੱਟ ਪੜੇ ਲਿਖਣ ਦੇ ਵਿੱਚ ਜੇ ਆਪਾਂ ਗੱਲ ਕਰੀਏਗੀ ਸਭ ਤੋਂ ਘੱਟ ਸ਼ਖਰ ਜ਼ਿਲ੍ਹਾ ਪੰਜਾਬ ਦਾ ਤੇ ਹੈ ਸਾਡਾ ਮਾਨਸਾ ਓਕੇ 60% ਦੇ ਕਰੀਬ ਜਿਹੜਾ ਹੈ ਪੜੇ ਲਿਖਿਆ ਸਭ ਤੋਂ ਘੱਟ ਦੇ ਵਿੱਚ ਆਉਂਦਾ ਹੈ ਨੈਕਸਟ ਹੈ ਜੀ 7 ਨੰਬਰ ਬਰਨਾਲਾ ਜ਼ਿਲ੍ਹਾ ਕਿਹੜੇ ਮੰਡਲ ਦੇ ਵਿੱਚ ਸ਼ਾਮਲ ਹੈ ਜਿਨ੍ਹਾਂ ਚੋਂ ਜਲੰਧਰ ਮੰਡਲ ਦੇ ਵਿੱਚ ਹੈ ਰੂਪਨਗਰ ਮੰਡਲ ਦੇ ਵਿੱਚ ਹੈ ਪਟਿਆਲੇ ਦੇ ਵਿੱਚ ਹੈ ਜਾਂ ਫਰੀਦਕੋਟ ਦੇ ਵਿੱਚ ਸੋ ਬਰਨਾਲਾ ਜ਼ਿਲ੍ਹਾ ਜਿਹੜਾ ਹੈ ਕਿਹੜੇ ਮੰਡਲ ਦੇ ਵਿੱਚ ਆਊਗਾ ਇਹਨਾਂ ਦੇ ਵਿੱਚੋਂ ਜੀ ਸਿੱਧਾ ਕਰੈਕਟ ਆਨਸਰ ਹੋਊਗਾ ਜੀ ਪਟਿਆਲਾ ਓਕੇ ਸੋ ਆਪਣੇ ਪੰਜਾਬ ਦੇ ਵਿੱਚ ਕੁੱਲ ਮੰਡਲ ਭਾਵ ਡਿਵੀਜ਼ਨਾਂ ਦੀ ਗੱਲ ਕੀਤੀ ਗਈ ਹੈ ਤਾਂ ਕੁੱਲ ਆਪਣੇ ਕੋਲੇ 5 ਡਿਵੀਜ਼ਨਾਂ ਪੈ ਜਾਂਦੀਆਂ ਨੇ ਹੈਗੀਆਂ ਓਕੇ ਸੋ ਸੀਰੀਅਲ ਵਾਈਜ਼ ਇਸ ਨੂੰ ਕਰ ਲਿਓ ਸਭ ਤੋਂ ਪਹਿਲਾਂ ਜਲੰਧਰ ਡਿਵੀਜ਼ਨ ਆ ਜਾਂਦੀ ਹੈ ਜੀ ਇਹਨੂੰ ਮੈਂਟਲ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਜਿਸ ਦੇ ਵਿੱਚ ਜਲੰਧਰ ਜਿਸ ਦੇ ਵਿੱਚ ਜਲੰਧਰ ਕਪੂਰਥਲਾ ਕਪੂਰਥਲਾ ਅੰਮ੍ਰਿਤਸਰ ਅੰਮ੍ਰਿਤਸਰ ਗੁਰਦਾਸਪੁਰ ਗੁਰਦਾਸਪੁਰ ਹੁਸ਼ਿਆਰਪੁਰ ਹੁਸ਼ਿਆਰਪੁਰ ਕਰਨਤਾਰਨ ਅਤੇ ਪਠਾਨਕੋਟ ਅਤੇ ਪਠਾਨਕੋਟ ਕੁੱਲ 7 ਜ਼ਿਲ੍ਹੇ ਜਿਹੜੇ ਹੈਗੇ ਅੱਗੇ ਪੰਜਾਬ ਦੇ ਉਹ ਪੈ ਜਾਂਦੇ ਹੈ ਜੇ ਜਲੰਧਰ ਡਿਵੀਜ਼ਨ ਦੇ ਵਿੱਚ ਦੂਸਰੀ ਡਿਵੀਜ਼ਨ ਪਟਿਆਲਾ ਪਟਿਆਲਾ ਡਿਵੀਜ਼ਨ ਪਟਿਆਲਾ ਡਿਵੀਜ਼ਨ ਦੇ ਵਿੱਚ ਸਥਿਤ ਹੈਗੇ ਆ ਜੀ ਪਟਿਆਲਾ ਸੰਗਰੂਰ ਪਟਿਆਲਾ ਸੰਗਰੂਰ ਬਰਨਾਲਾ ਲੁਧਿਆਣਾ ਅਤੇ ਫਤੇਗੜ ਸਾਹਿਬ ਫਤੇਗੜ ਸਾਹਿਬ ਕੁੱਲ ਇਸ ਦੇ ਵਿੱਚ ਪੰਜ ਜ਼ਿਲ੍ਹੇ ਪੈ ਜਾਂਦੇ ਹੈ ਜੀ ਪਟਿਆਲਾ ਦੇ ਵਿੱਚ ਨਾਲ ਨੋਟ ਕਰ ਲਿਓ ਠੀਕ ਹੈ ਕਿੰਨੇ ਜ਼ਿਲ੍ਹੇ ਪੈਂਦੇ ਨੇ ਐਦਾਂ ਵੀ ਪੁੱਛ ਲੈਂਦੇ ਹੁੰਦੇ ਹੈਗੇ ਨੈਕਸਟ ਹੈ ਜੀ ਆਪਣੇ ਕੋਲੇ ਅਗਲੀ ਡਿਵੀਜ਼ਨ ਫਰੀਦਕੋਟ ਫਰੀਦਕੋਟ ਸੋ ਫਰੀਦਕੋਟ ਦੇ ਵਿੱਚ ਤਿੰਨ ਜ਼ਿਲ੍ਹੇ ਪੈਂਦੇ ਆ ਇੱਕ ਫਰੀਦਕੋਟ ਹੈ ਜੀ ਖੁਦ ਦੂਸਰਾ ਬਠਿੰਡਾ ਹੈ ਜੀ ਤੀਸਰਾ ਮਾਨਸਾ ਹੈ ਤੀਸਰਾ ਮਾਨਸਾ ਤਾਂ ਕੁੱਲ ਤਿੰਨ ਜ਼ਿਲ੍ਹੇ ਪੈ ਜਾਂਦੇ ਹੈਗੇ ਆ ਫਰੀਦਕੋਟ ਡਿਵੀਜ਼ਨ ਦੇ ਵਿੱਚ ਚੌਥੀ ਹੈ ਜੀ ਰੂਪਨਗਰ ਮੰਡਲ ਜਾਂ ਰੂਪਨਗਰ ਡਿਵੀਜ਼ਨ ਇਸ ਦੇ ਵਿੱਚ ਪੈਂਦੇ ਆ ਜੀ ਚਾਰ ਜ਼ਿਲ੍ਹੇ ਜਿਸ ਦੇ ਵਿੱਚ ਰੂਪਨਗਰ ਰੂਪਨਗਰ ਮੋਹਾਲੀ ਜਿਹੜਾ ਸਹਬਜ਼ਾਦਾ ਅਜੀਤ ਸਿੰਘ ਦੇ ਨਗਰ ਨਾਮ ਦੇ ਨਾਲ ਵੀ ਮਸ਼ਹੂਰ ਹੈ ਦੂਸਰਾ ਜਾਂ ਹੈ ਤੀਸਰਾ ਜਾਂਦੇ ਦੇ ਵਿੱਚ ਨਵਾਂ ਸ਼ਹਿਰ ਇਨੂੰ SBS ਦੇ ਨਾਮ ਨਾਲ ਜਾਣਿਆ ਸ਼ਹੀਦ ਭਗਤ ਸਿੰਘ ਨਗਰ ਤਾਂ ਕੁੱਲ ਰੂਪਨਗਰ ਦੇ ਵਿੱਚ ਤਿੰਨ ਜ਼ਿਲ੍ਹੇ ਪੈ ਜਾਂਦੇ ਹੈਗੇ ਆ ਲਾਸਟ ਆ ਜਾਂਦਾ ਸਾਡੇ ਕੋਲੇ ਜੀ ਪੰਜਵੀਂ ਡਿਵੀਜ਼ਨ ਫਿਰੋਜ਼ਪੁਰ ਪੰਜਵੀਂ ਡਿਵੀਜ਼ਨ ਆ ਸਾਡੇ ਕੋਲੇ ਫਿਰੋਜ਼ਪੁਰ ਫਿਰੋਜ਼ਪੁਰ ਦੇ ਵਿੱਚ ਫਿਰੋਜ਼ਪੁਰ ਉਹ ਖੁਦ ਆਉਣੀ ਹੈ ਕਿ ਜਿਸ ਦੇ ਨਾਮ ਦੇ ਉਹ ਵਿੱਚ ਇਨਕਲੂਡ ਹੋਵੇਗੀ ਹੋਵੇਗੀ ਓਕੇ ਮੁਖਤਸਰ ਮੁਖਤਸਰ ਮੋਗਾ ਅਤੇ ਫਾਜ਼ਲਕਾ ਮੋਗਾ ਅਤੇ ਫਾਜ਼ਿਲਕਾ ਸੋ ਇਹਦੇ ਵਿੱਚ ਪੈ ਜਾਂਦੇ ਜੀ ਚਾਰ ਡਿਸਟ੍ਰਿਕਟਾਂ ਫਰੋਜਪੁਰ ਡਿਵੀਜ਼ਨ ਦੇ ਵਿੱਚ ਤਾਂ ਟੋਟਲ ਪੰਜ ਹੋ ਗਏ ਨੇ ਜੀ ਠੀਕ ਆ ਸੋ ਇਸ ਨੂੰ ਸੀਰੀਅਲ ਵਾਈਜ਼ ਇਸ ਤਰੀਕੇ ਨਾਲ ਕਰ ਲਿਓ ਤਾਂ ਕਿ ਤੁਹਾਨੂੰ ਇਹ ਈਜ਼ੀ ਰਹੇ ਓਕੇ ਜੀ ਪੰਜ ਡਿਵੀਜ਼ਨਾਂ ਨੇ ਪੰਜਾਂ ਦੇ ਜ਼ਿਲ੍ਹੇ ਵੀ ਲਿਖਾ ਦਿੱਤੇ ਕਿੰਨੇ-ਕਿੰਨੇ ਜ਼ਿਲ੍ਹੇ ਇਸ ਦੇ ਵਿੱਚ ਇਨਕਲੂਡ ਨੇ ਅੱਗੇ ਹੈ ਜੀ ਕੁਐਸਚਨ ਨੰਬਰ 118 ਜਲੰਧਰ ਮੰਡਲ ਦੇ ਵਿੱਚ ਕਿੰਨੇ ਜ਼ਿਲ੍ਹੇ ਸ਼ਾਮਿਲ ਨੇ ਜੀ 6 ਸ਼ਾਮਿਲ ਨੇ 7 ਸ਼ਾਮਿਲ ਨੇ ਜਾਂ 5 ਜਾਂ ਫਿਰ 8 ਸੋ ਕੁੱਲ 7 ਨੇ ਜੀ ਜਿਸ ਦੇ ਵਿੱਚ ਜਲੰਧਰ ਕਪੂਰਥਲਾ ਅੰਮ੍ਰਿਤਸਰ, ਗਰਦਾਸਪੁਰ, ਹੁਸ਼ਿਆਰਪੁਰ, ਤਰਨਤਾਰਨ ਅਤੇ ਪਠਾਨਕੋਟ ਦੇ ਜ਼ਿਲ੍ਹੇ ਸ਼ਾਮਲਾਗੇ ਸੀਗੇ ਇਹ ਆਪਾਂ ਪਹਿਲਾਂ ਲਿਖ ਚੁੱਕੇ ਹੇਕਿਆਂ ਨੈਕਸਟ ਹੈ ਜੀ ਪੰਜਾਬ ਦੇ ਵਿੱਚ ਕਿੰਨੇ ਮੰਡਲ ਹੈੱਡਕੁਆਟਰ ਨੇਗੇ 5 ਨੇ 4 ਨੇ 3 ਨੇ 6 ਨੇ ਸਕੁੱਲ 5 ਨੇ ਜੀ ਜਿਨ੍ਹਾਂ ਦੇ ਵਿੱਚੋਂ ਜਲੰਧਰ ਪਟਿਆਲਾ ਫਰੀਦਕੋਟ ਰੂਪਨਗਰ ਤੇ ਫਿਰੋਜ਼ਪੁਰ ਇਹ ਪੰਜ ਡਿਵੀਜ਼ਨਾਂ ਜਾਂ ਪੰਜ ਮੰਡਲ ਹੈੱਡਕੁਆਟਰ ਨੇ ਪੰਜਾਬ ਦੇ ਵਿੱਚ 120 ਨੰਬਰ ਹੈ ਜੀ ਇਹ ਲਿਖਣ ਦੇ ਵਿੱਚੋਂ ਕਿਹੜੀ ਉਪਬੋਲੀ ਪੰਜਾਬ ਦੀ ਉਪ ਬੋਲੀ ਨਹੀਂ ਹੈ ਦੁਆਬੀ ਮਲਵਈ ਬ੍ਰਿਜ ਬੋਲੀ ਜੰਪਵਾਦੀ ਸੋ ਇਹਨਾਂ ਦੇ ਵਿੱਚੋਂ ਉਪ ਬੋਲੀ ਨਹੀਂ ਹੈ ਪੰਜਾਬ ਦੇ ਵਿੱਚ ਬ੍ਰਿਜ ਦੁਆਬੀ ਮਲਵਈ ਤੇ ਪਵਾਦੀ ਇਹ ਪੰਜਾਬ ਦੀਆਂ ਜਿਹੜੀਆਂ ਨੇ ਬੋਲੀਆਂ ਨੇ ਜਿਦੇ ਵਿੱਚ ਇੱਕ ਮਾਜੀ ਵੀ ਇਨਕਲੂਡ ਹੈਗੀ ਹੈਗੀ ਓਕੇ ਚੌਥੀ ਲਿਖ ਲਓ ਤੁਸੀਂ ਮਾਜੀ ਤਾਂ ਕੁੱਲ ਸਾਡੇ ਕੋਲੇ ਇਹ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹੈਗੀਆਂ ਨੇਗੀਆਂ ਇਨਾਂ ਨੂੰ ਵੀ ਲਿਖ ਲਓ ਤੁਸੀਂ ਕਿਹੜੇ ਕਿਹੜੇ ਖੇਤਰ ਦੇ ਵਿੱਚ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਤਾਂ ਕਿ ਤੁਹਾਡੇ ਵੀ ਕਵਰ ਹੋ ਜਾਵੇ ਦੇ ਵਿੱਚ ਓਕੇ ਦੁਆਬੀ ਜਿਹੜੀ ਹੈ ਬੋਲੀ ਜਾਂਦੀ ਹੈਗੀ ਜਲੰਧਰ ਵਾਲੇ ਖੇਤਰ ਦੇ ਵਿੱਚ ਜਲੰਧਰ ਹੁਸ਼ਿਆਰਪੁਰ ਜਲੰਧਰ ਹੁਸ਼ਿਆਰਪੁਰ ਕਪੂਰਥਲਾ ਕਈ ਉਪ ਬੋਲੀਆਂ ਦੂਸਰੇ ਕਈ ਖੇਤਰਾਂ 'ਚ ਬੋਲੀਆਂ ਜਾਂਦੀਆਂ ਨੇ ਠੀਕ ਹੈ ਸੋ ਐਸਬੀ ਐਸ ਨਗਰ ਸ਼ਿਦ ਭਗਤ ਸਿੰਘ ਨਗਰ ਮੋਗਾ ਲੁਧਿਆਣਾ ਲੁਧਿਆਣਾ ਫਿਰੋਜਪੁਰ ਮੁਕਤਸਰ ਤੇ ਸੰਗਰੂਰ ਸੰਗਰੂਰ ਇੱਥੇ ਇਹ ਬੋਲੀ ਬੋਲੀ ਜਾਂਦੀ ਹੈ ਠੀਕ ਹੈ ਹਾਲਾਂਕਿ ਮੁਕਤਸਰ ਤੇ ਸੰਗਰੂਰ ਤੇ ਲੁਧਿਆਣਾ ਮਾਲਵਾ ਖੇਤਰ ਜੇ ਪੈਂਦਾ ਬਟ ਇੱਥੇ ਕਈ ਖੇਤਰਾਂ ਦੇ ਵਿੱਚ ਦਬਾਬੀ ਬੋਲੀ ਪੀ ਜਾਂਦੀ ਹੈ ਮਲਬਾਈ ਸੋ ਮਾਲਵੇ ਦੇ ਵਿੱਚ ਬਰਨਾਲਾ ਜਾਂਦਾ ਹੈ ਜੀ ਬਰਨਾਲਾ ਪ੍ਰਮੁੱਖ ਹੈ ਬਠਿੰਡਾ ਪ੍ਰਮੁੱਖ ਹੈ ਫਰੀਦਕੋਟ ਪ੍ਰਮੁੱਖ ਹੈ ਜੀ ਫਰੀਦਕੋਟ ਹਾਜਲਕਾ ਮਾਨਸਾ ਮੁਕਸਾ ਦਾ ਕੁਝ ਖੇਤਰ ਸੰਗਰੂਰ ਲੁਧਿਆਣਾ ਪਟਿਆਲਾ ਇਹ ਸਾਰੇ ਮਲਬਾਈ ਖੇਤਰ ਚ ਆ ਪਵਾਦੀ ਖੇਤਰ ਦੇ ਵਿੱਚ ਜੀ ਗੱਲ ਕਰੀਏ ਤਾਂ ਫਤੇਗੜ ਸਾਹਿਬ ਆ ਜਾਂਦਾ ਜਿੱਥੇ ਪਵਾਦੀ ਬੋਲੀ ਜਾਂਦੀ ਹੈ ਜੀ ਫਤੇਗੜ ਸਾਹਿਬ ਪਟਿਆਲਾ ਦਾ ਕੁਝ ਖੇਤਰ ਜਿੱਥੇ ਪਵਾਦੀ ਬੋਲੀ ਜਾਂਦੀ ਹੈ ਜੀ ਰੂਪਨਗਰ ਦੇ ਵਿੱਚ ਬੋਲੀ ਜਾਂਦੀ ਹੈ ਐਸ ਏ ਐਸ ਮਹਾਲੀ ਜਿਹਨੂੰ ਆਪਾਂ ਕਹਿੰਦੇ ਨੇ ਇਸ ਖੇਤਰ ਦੇ ਵਿੱਚ ਮਾਜੀ ਦੇ ਵਿੱਚ ਪ੍ਰਮੁੱਖ ਤੌਰ ਦੇ ਵਿੱਚ ਆਉਂਦਾ ਹੈ ਜੀ ਅੰਮ੍ਰਿਤਸਰ ਸਹਿਰ ਅੰਮ੍ਰਿਤਸਰ ਗੁਰਦਾਸਪੁਰ ਗੁਰਦਾਸਪੁਰ ਪਠਾਨਕੋਟ ਅਤੇ ਕਰਨਤਾਰਨ ਅਤੇ ਤਰਨਤਾਰਨ ਠੀਕ ਹੈ ਜੀ ਇਹ ਚਾਰਜਲੇ ਮਾਜੀ ਦੇ ਵਿੱਚ ਪੈਂਦੇ ਆ ਇਸੇ ਨੂੰ ਹੀ ਮਾਜੀ ਨੂੰ ਹੀ ਟਕਸਾਲੀ ਭਾਸ਼ਾ ਕਿਹਾ ਜਾਂਦਾ ਜਿਹਦੇ ਵਿੱਚ ਆਪਣੀਆਂ ਜਿਹੜੀਆਂ ਨਾਵਲ ਤੇ ਅਖਬਾਰ ਛਪਦੇ ਹੈਗੇ ਨੇਗੇ ਮਾਜੀ ਭਾਸ਼ਾ ਨੂੰ ਹੀ ਅਗਲਾ ਕੁਐਸਚਨ ਹੈ 121 ਨੰਬਰ ਜੀ ਪੰਜਾਬ ਖਾਦੀ ਅਤੇ ਗ੍ਰਾਮ ਅਜੋਗ ਬੋਰਡ ਕਦੋਂ ਸਥਾਪਿਤ ਕੀਤਾ ਗਿਆ ਸੀ 1936 ਦੇ ਵਿੱਚ 1958 ਦੇ ਵਿੱਚ 1934 ਦੇ ਵਿੱਚ ਜਾਂ 2001 ਦੇ ਵਿੱਚ ਸੋ ਪੰਜਾਬ ਖਾਦੀ ਅਤੇ ਗ੍ਰਾਮ ਅਜੋਗ ਬੋਰਡ ਦੀ ਸਥਾਪਨਾ ਸਾਲ 1958 ਦੇ ਵਿੱਚ ਕੀਤੀ ਗਈ ਸੀ ਜਿਹਦੇ ਅਧੀਨ ਪੰਜਾਬ ਨੂੰ ਖਾਦੀ ਅਤੇ ਗ੍ਰਾਮ ਅਜੋਗਾਂ ਦੇ ਪ੍ਰੇਰਿਤ ਕਰਨਾ ਸੀਗਾ ਸਾਲ 1958 ਦੇ ਵਿੱਚ ਇਸ ਨੂੰ ਸਟੈਬਲਿਸ਼ ਕਰ ਦਿੱਤਾ ਗਿਆ ਸੀ ਅਗਲਾ ਹੈ ਜੀ ਕੁਐਸਚਨ ਨੰਬਰ 100 ਬਾਈ ਨਵੇਂ ਯੁੱਗ ਦੇ ਵਾਰਸਾਂ ਕਹਾਣੀ ਕਿਸ ਦੀ ਲਿਖੀ ਹੋਈ ਹੈ ਜੀ ਜਿਸ ਸਵਿੰਦਰ ਸਿੰਘ ਦੀ ਮਹਿੰਦਰ ਸਿੰਘ ਸਰਨਾ ਦੀ ਬਲਦੇਵ ਸਿੰਘ ਦੀ ਜਾਂ ਸਤਿੰਦਰ ਸਿੰਘ ਨੂਰ ਦੀ ਸੋ ਨਵੇਂ ਯੁੱਗ ਦੇ ਵਾਰਸਾਂ ਦੀ ਕਹਾਣੀ ਜਿਹੜੀ ਲਿਖੀ ਗਈ ਹੈ ਇਹ ਮਹਿੰਦਰ ਸਿੰਘ ਸਰਾਨਾ ਦੇ ਦੁਆਰਾ ਲਿਖੀ ਗਈ ਹੈਗੀ ਹੈ ਜੀ ਓਕੇ ਸੋ ਇਹ ਵੀ ਰਾਵਲਪਿੰਡੀ ਹੋਈ ਰਾਵਲਪਿੰਡੀ ਤੋਂ ਹੀ ਸੀਗੀ ਅਤੇ ਇਹ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਨੇਗੇ ਓਕੇ ਪੰਜਾਬੀ ਦੇ ਪ੍ਰਸਿੱਧ ਗਲਪਕਾਰ ਹੈਗੇ ਨੇ ਜੀ ਮਹਿੰਦਰ ਸਿੰਘ ਸਹਾਰਣਾ ਸੋ ਇਹਨਾਂ ਦੀਆਂ ਕੁਝ ਕਹਾਣੀਆਂ ਵੀ ਨੇ ਭਾਵ ਕਹਾਣੀ ਸੰਗ੍ਰਹਿ ਵੀ ਹੈਗੇ ਹੈਗੇ ਅਤੇ ਕੁਝ ਨਾਵਲ ਵੀ ਹੈ ਗਿਆ ਜੋ ਨੋਟੇਬਲ ਨੇਗੇ ਜੀ ਓਕੇ ਕਹਾਣੀ ਸੰਗ੍ਰਹਿਨ ਦੇ ਵਿੱਚੋਂ ਸਭ ਤੋਂ ਪਹਿਲਾਂ ਦੀ ਜੀ ਪੱਥਰ ਦੇ ਆਦਮੀ ਪੱਥਰ ਦੇ ਆਦਮੀ ਜਿਹੜੀ ਕਿ 1949 ਦੇ ਵਿੱਚ ਪ੍ਰਕਾਸ਼ਿਤ ਹੋਈ ਸੀਗੀ ਸੁਪਨਿਆਂ ਦੀ ਸੀਮਾ ਇਹ ਵੀ ਇਹਨਾਂ ਦਾ ਕਹਾਣੀ ਸੰਗ੍ਰਹਿ ਹੈ ਸਪਨਿਆਂ ਦੀ ਸੀਮਾ ਇਹ ਵੀ 1959 ਦੇ ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀਗੀ ਇਸ ਤੋਂ ਇਲਾਵਾ ਛਵੀਆਂ ਦੀ ਰੁੱਤ ਛਵੀਆਂ ਦੀ ਰੁੱਤ ਸੋ ਇਹ ਪੁਸਤਕ 1966 ਦੇ ਵਿੱਚ ਇਹਨਾਂ ਨੇ ਪ੍ਰਕਾਸ਼ਿਤ ਕੀਤੀ ਸੀਗੀ ਸੁੰਦਰ ਘਾਟੀ ਦੀ ਸੌਂ ਸੁੰਦਰ ਘਾਟੀ ਦੀ ਸੌਂ ਸੋ ਇਹ ਵੀ ਇਹਨਾਂ ਦਾ ਜਿਹੜਾ ਹੈ ਕਹਾਣੀ ਸੰਗ੍ਰਹਿ ਹੈ ਜੀ ਜਿਹੜਾ ਕਿ ਸਾਲ 1980 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀ ਲਾਸਤ ਇਹਨਾਂ ਦਾ ਸਭ ਤੋਂ ਪ੍ਰਸਿੱਧ ਆ ਜਾਂਦਾ ਹੈ ਜੀ ਨਵੇਂ ਯੁੱਗ ਦੇ ਵਾਰਸਾਂ ਦੀ ਕਹਾਣੀ ਸੰਗ੍ਰਹਿ ਓਕੇ ਇਸ ਹਾਲ 1991 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਇਸ ਨੂੰ ਪੰਜਾਬੀ ਸਾਹਿਤ ਅਕਾਦਮੀ ਜਿਹੜਾ ਹੈ ਉਹ ਮਿਲਿਆ ਸੀਗਾ ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ ਜਿਹੜਾ ਹੈ ਉਹ ਪ੍ਰੋਵਾਈਡ ਕੀਤਾ ਗਿਆ ਸੀਗਾ ਜਿਸ ਨੂੰ ਅਕਾਦਮੀ ਪੁਰਸਕਾਰ ਠੀਕ ਹੈ ਜੀ ਕਿਹੜੀ ਪੁਸਤਕ ਹੈ ਜੀ ਨਵੇਂ ਯੁੱਗ ਦੇ ਵਾਰਸ ਕਹਾਣੀ ਸੰਗ੍ਰਹਿ ਸੀਗਾ ਕੁਝ ਨਾਵਲ ਵੀ ਜੋ ਚਰਚਿਤ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਵਿੱਚ ਕਾਗਜ਼ਾਂ ਦੇ ਕੰਡੇ ਕਾਗਜ਼ਾਂ ਦੇ ਕੰਡੇ ਇਹ ਨਾਵਲ ਹੈ ਜੀ ਇਹਨਾਂ ਦਾ ਜਿਹੜਾ ਕਿ 1956 ਦੇ ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਨੀਲਾ ਗੁਲਾਬ ਇਹਨਾਂ ਦਾ ਨਾਵਲ ਹੈ ਜੀ ਸੋ ਇਹ ਸਾਲ 1977 ਦੇ ਵਿੱਚ ਪ੍ਰਕਾਸ਼ਿਤ ਹੋਇਆ ਇਹਨਾਂ ਦਾ ਨਾਵਲ ਸੀਗਾ ਓਕੇ ਨੈਕਸਟ ਚੱਲਦੇ ਹਾਂ ਜੀ 123 ਨੰਬਰ ਤੇ ਸੱਗੀ ਫੁੱਲ ਪੰਜਾਬੀ ਗਹਿਣੇ ਨੂੰ ਔਰਤਾਂ ਕਿੱਥੇ ਸੰਜੋਧੀਆਂ ਨੇ ਭਾਵ ਕਿ ਕਿੱਥੇ ਲਗਾਉਂਦੀਆਂ ਨੇ ਗਿਆ ਬਾਹਾਂ ਤੇ ਗਲੇ ਦੇ ਵਿੱਚ ਮੱਥੇ ਤੇ ਜਾਂ ਸਿਰ ਤੇ ਸੋ ਇਹ ਬਹੁਤ ਸਾਰੇ ਪ੍ਰਮੁੱਖ ਕਵਚਨ ਨੇਗੇ ਜਿਨ੍ਹਾਂ ਦੇ ਵਿੱਚੋਂ ਅਕਸਰ ਕਵਚਨ ਬਣਦੇ ਹੈ ਕਿ ਵੀ ਕਿਹੜਾ ਗਾਣਾ ਕਿੱਥੇ ਪਹਿਨਿਆ ਜਾਂਦਾ ਹੈ ਹੈਨਾ ਸੋ ਹਾਲਾਂਕਿ ਇਹ ਸਾਰੇ ਪੰਜਾਬ ਤੋਂ ਬਿਲੋਂਗ ਕਰਦੇ ਆ ਪਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਪੁਰਾਣੀਆਂ ਨੇ ਜਿਹੜੀਆਂ ਕਿ ਸ਼ਾਇਦ ਅੱਜ ਦੇ ਜੋ ਨਵੀਂ ਪੀੜੀ ਹੈ ਉਹਨਾਂ ਨੂੰ ਨਹੀਂ ਪਤਾ ਸੋ ਇਸ ਲਈ ਇਹ ਕਾਫੀ ਇੰਪੋਰਟੈਂਟ ਹੈ ਓਕੇ ਸੋ ਸਗੀ ਫੁੱਲ ਸੋ ਸਗੀ ਫੁੱਲ ਪੰਜਾਬੀ ਦਾ ਇੱਕ ਜਾਂ ਪੰਜਾਬੀਆਂ ਦਾ ਪ੍ਰਸਿੱਧ ਗਹਿਣਾ ਹੈ ਜਿਸ ਨੂੰ ਔਰਤਾਂ ਪਹਿਨਦੀਆਂ ਨੇ ਅਤੇ ਸਿਰ ਤੇ ਪਹਿਨਦੀਆਂ ਹੈਗੀਆਂ ਨੇ। ਓਕੇ ਸਿਰ ਤੇ ਪਹਿਨਣ ਵਾਲਿਆਂ ਦੇ ਵਿੱਚ ਹੋਰ ਕਈ ਸਾਰੇ ਆਉਂਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀ ਆਪਾਂ ਗੱਲ ਕਰ ਗਏ ਤਾਂ ਇਸ ਤਰ੍ਹਾਂ ਜਿਹੜੀਆਂ ਨੇ ਇਸ ਤੋਂ ਇਲਾਵਾ ਸ਼ੀਸ਼ ਫੁੱਲ ਜਿਹੜਾ ਹੈ ਉਸ ਨੂੰ ਵੀ ਜਿਹੜਾ ਹੈ ਲਗਾਉਂਦੀ ਲਗਾਉਂਦੀਆਂ ਹੈਗੀਆਂ ਨੇ ਸ਼ੀਸ਼ ਫੁੱਲ ਓਕੇ ਇਸ ਤੋਂ ਇਲਾਵਾ ਮੋਲੀ ਮੋਲੀ ਇਸ ਨੂੰ ਵੀ ਜਿਹੜਾ ਹੈ ਲਗਾਇਆ ਜਾਂਦਾ ਹੈ ਜੀ ਓਕੇ ਲੰਬੀ ਚੈਨ ਦੀ ਤਰ੍ਹਾਂ ਹੁੰਦੀ ਹੈਗੀ ਜੋ ਕਿ ਸਿਰ ਦੇ ਉੱਪਰ ਹੀ ਲਗਾਈ ਜਾਂਦੀ ਹੈਗੀ ਸਿਰਮਾੰਗ ਸਿਰਮਾੰਗ ਇਹ ਵੀ ਸਿਰ ਤੇ ਹੀ ਲਗਾਇਆ ਜਾਂਦਾ ਹੈ ਜੀ ਇਹ ਵੀ ਸੱਗੀ ਫੁੱਲ ਦੇ ਟੈਪ ਲਈ ਹੁੰਦਾ ਹੈਗਾ ਓਕੇ ਇਸ ਤੋਂ ਲਾਪਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਕਿ ਝੂਮਰ ਝੂਮਰ ਹੋ ਜਾਂਦਾ ਹੈ ਸੂਈ ਹੋ ਜਾਂਦੀ ਹੈ ਓਕੇ ਪਾਸਾ ਚਾਂਦ ਬਗਿਆੜੀ ਬਘਿਆੜੀ ਟਿੱਕਾ ਤੇ ਕਲਿੱਪ ਇਹ ਸਾਰੇ ਗਹਿਣੇ ਜਿਹੜੇ ਆ ਸਿਰ ਦੇ ਨਾਲ ਜੁੜਦੇ ਨੇ ਭਾਬ ਔਰਤਾਂ ਨੂੰ ਸਿਰ ਦੇ ਉੱਪਰ ਪੈਂਦੀਆਂ ਆਇਆ ਗਿਆ ਨੇ ਕਿ ਆ ਓਕੇ ਉਸੇ ਤਰੀਕੇ ਨਾਲ ਮਰਦ ਵੀ ਹੈ ਜਿਹੜੇ ਕਿ ਇਸ ਤਰ੍ਹਾਂ ਦੇ ਉੱਪਰ ਕੁਝ ਤਰ੍ਹਾਂ ਦੇ ਜਿਹੜੇ ਗਹਿਣੇ ਪੈਂਦੇ ਨੇ ਜਿਨ੍ਹਾਂ ਦੇ ਵਿੱਚ ਆ ਜਾਂਦਾ ਹੈ ਜੀ ਸਰਪੇਸ਼ ਸਿਰ ਦੇ ਨੇ ਵੀ ਪਲੀਜ਼ ਧਿਆਨ ਰੱਖਿਓ ਠੀਕ ਹੈ ਸਿਰ ਤੇ ਹੀ ਲੱਗਦੇ ਹੈਗੇ ਸਰਪੇਸ਼ ਓਕੇ ਪੱਗ ਤੇ ਪੈਣ ਵਾਲਾ ਹੁੰਦਾ ਹੈ ਇਸ ਤੋਂ ਇਲਾਵਾ ਕਤਬ ਕੁਤਬਿਲਦਾਰ ਓਕੇ ਸੋ ਇਹ ਵੀ ਸਿਰ ਤੇ ਪਹਿਨਿਆ ਜਾਣ ਵਾਲਾ ਇੱਕ ਗਹਿਣਾ ਹੈ ਜੀ ਅੰਡਾਕਾਰ ਟਾਈਪ ਦਾ ਹੁੰਦਾ ਹੈ ਕਲੰਗੀ ਜਿਹੜੀ ਹੈ ਉਹ ਸਿਰ ਦੇ ਉੱਪਰ ਲਗਾਉਂਦੇ ਹੈਗੇ ਜੀ ਮਰਦ ਇਸ ਤੋਂ ਇਲਾਵਾ ਮੁਕਟ ਜਿਹੜਾ ਹੈ ਉਸ ਨੂੰ ਵੀ ਮਰਦ ਜਿਹੜੇ ਆ ਉਹ ਸਿਰ ਦੇ ਉੱਪਰ ਪਹੁੰਦੇ ਹੈਗੇ ਸੋ ਸਾਰੇ ਗਹਿਣੇ ਜਿਹੜੇ ਸਿਰ ਦੇ ਉੱਪਰ ਆ ਕੁਝ ਮਰਦਾਂ ਵਾਲੇ ਨੇਗੇ ਜੋ ਮੈਂ ਅਲੱਗ ਲਿਖ ਦਿੱਤੇ ਨੇ ਇਸ ਤੋਂ ਇਲਾਵਾ ਕੁਝ ਔਰਤਾਂ ਵਾਲੇ ਨੇ ਇਹ ਲੱਗੇ ਕਿ ਨੇ ਅਗਲਾ ਹੈ ਜੀ ਕੁਐਸਚਨ ਨੰਬਰ 124 ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਪੰਜਾਬੀ ਗਹਿਣੇ ਨੂੰ ਨੱਕ ਵਿੱਚ ਨਹੀਂ ਪਾਇਆ ਜਾਂਦਾ ਗੁਖੜੂ ਨੂੰ ਲੌਂਗ ਨੂੰ ਨੱਥ ਨੂੰ ਜਾਂ ਬਲਾਕ ਨੂੰ ਤੋ ਨੱਕ ਦੀ ਗੱਲ ਕੀਤੀ ਗਈ ਹੈ ਜੀ ਕਿ ਕਿਹੜਾ ਗਹਿਣਾ ਇਹਨਾਂ ਦੇ ਵਿੱਚੋਂ ਨੱਕ ਦੇ ਵਿੱਚ ਨਹੀਂ ਪਹਿਨਾ ਜਾਂਦਾ ਹੈ ਓਕੇ ਤੋ ਨੱਕ ਦੇ ਵਿੱਚ ਨਹੀਂ ਪਹਿਨਾ ਜਾਂਦਾ ਹੈ ਜਿਨ੍ਹਾਂ ਦੇ ਵਿੱਚੋਂ ਗੋਖੜੂ ਓਕੇ ਗੋਖੜੂ ਜਿਹੜਾ ਹੈ ਉਹ ਨੱਕ ਦੇ ਵਿੱਚ ਨਹੀਂ ਪਹਿਨਾ ਜਾਂਦਾ ਬਟ ਬਾਕੀ ਦੇ ਸਾਰੇ ਦੇ ਸਾਰੇ ਜਿਹੜੇ ਹੈ ਕਿਨੇਗੇ ਉਹ ਨੱਕ ਦੇ ਵਿੱਚ ਪਹਿਨੇ ਜਾਂਦੇ ਹੈਗੇ ਆ ਲਾਂਗ ਨਾਥ ਪਲਕ ਜਿਹੜਾ ਹੈ ਇਹ ਸਾਰੇ ਦੇ ਸਾਰੇ ਨੱਕ ਵਾਲੇ ਗਹਿਣੇ ਹੈਗੇ ਨੇਗੇ ਠੀਕ ਹੈ ਜੀ ਅੱਗੇ ਹੈ ਕੁਐਸਚਨ ਨੰਬਰ 25 ਪੌਂਚੀ ਗਹਿਣੇ ਨੂੰ ਸਰੀਰ ਦੇ ਕਿਸ ਹਿੱਸੇ ਤੇ ਪਹਿਨਿਆ ਜਾਂਦਾ ਹੈ ਸਿਰ ਦੇ ਉੱਪਰ ਬਾਹਾਂ ਦੇ ਉੱਪਰ ਮੱਥੇ ਦੇ ਉੱਪਰ ਜਾਂ ਫਿਰ ਪੈਰਾਂ ਦੇ ਵਿੱਚ ਸੋ ਜੇ ਹੱਥ ਦੀ ਗੱਲ ਕਰੀਏ ਤਾਂ ਹੱਥਾਂ ਦੇ ਵਿੱਚ ਜੋ ਪਹਿਨੇ ਜਾਣ ਵਾਲੇ ਗਹਿਣੇ ਹੁੰਦੇ ਨੇਗੇ ਜਾਂ ਬਾਹਾਂ ਦੇ ਵਿੱਚ ਪਹਿਨੇ ਜਾਣ ਵਾਲੇ ਹੁੰਦੇ ਆ ਸੋ ਉਹਨਾਂ ਦੇ ਵਿੱਚ ਸਭ ਤੋਂ ਪ੍ਰਮੁੱਖ ਹੁੰਦਾ ਜੀ ਪੌਂਚੀ ਪੌਂਚੀ ਜਿਹੜੀ ਹੈ ਇਹ ਬਾਹਾਂ ਦੇ ਉੱਪਰ ਪਹਿਨੀ ਜਾਂਦੀ ਹੈ ਕਿ ਆ ਓਕੇ ਸੋ ਬਾਹਾਂ ਦੇ ਵਿੱਚ ਹੋਰ ਵੀ ਕਈ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਵੇਂ ਬਾਜੂਬੰਦ ਹੋ ਜਾਂਦਾ ਹੈ ਸੋ ਇਹ ਵੀ ਬਾਹਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ओके नौ ਰਤਨ ਜਿਹੜਾ ਹੈ ਇਹ ਵੀ ਬਾਹਾਂ ਦੇ ਵਿੱਚ ਹੀ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਕੁਝ ਤਵੀਜ਼ ਵੀ ਜਿਹੜੇ ਹੈਗੇ ਨੇਗੇ ਉਹ ਵੀ ਬਾਹਾਂ ਦੇ ਉੱਪਰ ਪਹਿਨ ਲਏ ਜਾਂਦੇ ਹੈ ਕਿ ਆਕੇ ओके ਪੌਂਚੀ ਜੋ ਕਿ ਲਿਖੇ ਹੋਇਆ ਇਸ ਤੋਂ ਇਲਾਵਾ ਕੜਾ ਜਿਹੜਾ ਹੈ ਉਸ ਨੂੰ ਵੀ ਬਾਹ ਦੇ ਵਿੱਚ ਪਾ ਲਿਆ ਜਾਂਦਾ ਹੈ ਪੌਂਚੀਆਂ ਵੀ ਜਿਹੜੀਆਂ ਇਸ ਦੇ ਵਿੱਚ ਪਾ ਲਈ ਜਾਂਦੇ ਨੇ ਸਾਰੇ ਦੇ ਸਾਰੇ ਜਿਹੜੇ ਹੈਗੇ ਬਾਹ ਦੇ ਵਿੱਚ ਪਾਉਣ ਵਾਲੇ ਗਹਿਣੇ ਹੈਗੇ ਨੇ ਓਕੇ ਸੋ ਇਹ ਸੀ ਆਪਣਾ ਇਹਦਾ ਸ਼ਾਸ਼ਨ ਜਿਸ ਦੇ ਵਿੱਚ ਆਪਾਂ ਪੰਜਾਬ ਜੀਕੇ ਦੇ ਕੁਝ ਇੰਪੋਰਟੈਂਟ ਜਿਹੜੇ ਸਬਕ ਨੇ ਉਹਨਾਂ ਨੂੰ ਸਮਝਿਆ ਸੀਗਾ ਕਨਸੈਪਟ ਸੀਗਾ ਉਹਨਾਂ ਨੂੰ ਸਮਝਿਆ ਸੀ ਜਿਸ ਦੇ ਵਿੱਚ ਕੁਝ ਗਹਿਣੇ ਕੁਝ ਪੁਸਤਕਾਂ ਤੇ ਕੁਝ ਦਫ਼ਤਰਾਂ ਦੀ ਜਿਹੜੀ ਆਪਾਂ ਗੱਲ ਕੀਤੀ ਸੀ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਦੇ ਲਈ ਇਸ ਦੇ ਵਿੱਚ ਕਾਫੀ ਕੋਝੜਾ ਸਿੱਖਣ ਨੂੰ ਮਿਲਿਆ ਹੋਊਗਾ ਸੋ ਇਸ ਲਈ ਵੀਡੀਓ ਨੂੰ ਲਾਈਕ ਔਰ ਸ਼ੇਅਰ ਕਰਨਾ ਤੁਸੀਂ ਨਾ ਭੁੱਲਿਆ ਕਰੋ ਤੇ ਜਿਹੜੇ ਵਿਦਿਆਰਥੀ ਨਵੇਂ ਆਉਂਦੇ ਹੁੰਦੇ ਨੇ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਅਤੇ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਸੁਝਾਅ ਦੇਣੇ ਤੁਸੀਂ ਨਾ ਭੁੱਲਿਆ ਕਰੋ ਥੈਂਕ ਯੂ ਸੋ ਮੱਚ